ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਆਪਣੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਾਨੂੰ ਸਰੋਤੇ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ, ਪੂਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪੋਂਸਰਸ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ, ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਯੂਬਰ ਸਿਟੀ, ਸਤਪਾਲ ਸਿੰਘ ਟਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਕੋਲ ਤੁਸੀਂ ਟਰੱਕ ਵਾਸ਼, ਆਇਲ ਚੇਂਜ ਦਾ ਇਹ ਕੰਮ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਅਤੇ ਮਡੇਰਾ ਦੇ ਵਿੱਚ ਇਹਨਾਂ ਦੀਆਂ ਲੋਕੇਸ਼ਨਸ ਨੇ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਦਾ ਲਾਇਸੈਂਸ ਬਹੁਤ ਹੀ ਘੱਟ ਸਮੇਂ ਦੇ ਵਿੱਚ ਵਧੀਆ ਸਿਖਲਾਈ ਦੇ ਕੇ ਤੁਹਾਨੂੰ ਦਵਾਉਂਦੇ ਨੇ, ਉਸ ਦੇ ਬਾਰੇ ਜਾਣਕਾਰੀ ਦੀ ਕਾਲ ਅਜੀਤ ਅਟਵਾਲ 559-374-4541। ਅਤੇ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੌਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਦੇ ਲਈ ਇਹਨਾਂ ਦੀ ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ, chicagopizzatwist.com, ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-9698 ਦੇ ਉੱਤੇ। ਪ੍ਰਵੀਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਮੋਦੀ ਦੇ ਮੰਤਰੀ ਨੇ ਕਬੂਲਿਆ ਸੱਚ, ਕਿਹਾ ਹਾਲਤ ਖਰਾਬ ਆ, ਕਣਕ ਝੋਨਾ ਉਗਾਉਣ ਵਾਲੇ ਮਰ ਰਹੇ ਨੇ। ਬਿਲਕੁਲ, ਮੋਦੀ ਦੇ ਮੰਤਰੀ ਨੇ ਇਹ ਗੱਲ ਕਹੀ ਆ। ਮੰਤਰੀ ਕੌਣ ਆ? ਨਿਤਿਨ ਗਡਕਰੀ, ਪਹਿਲਾਂ ਕੇਂਦਰੀ ਮੰਤਰੀ ਨੇ ਨਿਤਿਨ ਗਡਕਰੀ, ਸੀਨੀਅਰ ਭਾਜਪਾ ਆਗੂ ਵੀ ਹੈ, ਸਾਬਕਾ ਪ੍ਰਧਾਨ ਵੀ ਹੈ। ਇਹਨੇ ਇੱਕ ਬਿਆਨ ਦਿੱਤਾ, ਉਹ ਕਹਿੰਦਾ ਕਿ ਜਿਹੜਾ ਮੋਦੀ ਸਰਕਾਰ ਆ ਨਾ, ਇਹਦੀ ਹਾਲਤ ਇਹਦੇ ਵਿੱਚ ਕਿਸਾਨਾਂ ਦੀ ਗੇੜੀ ਆ ਉਹ ਪਤਲੀ ਹੋ ਗਈ ਹੈ। ਪਰ ਉਹ ਕਹਿੰਦੇ ਕਿ ਪ੍ਰਧਾਨ ਮੰਤਰੀ ਨੇ ਕੁਝ ਚੰਗੇ ਕੰਮ ਵੀ ਕੀਤੇ ਹੈ, ਪਰ ਨਾਲ ਹੀ ਇਹ ਕਹਿੰਦਾ ਵੀ ਮੁੰਬਈ ਦੇ ਵਿੱਚ ਸਵਾ 18 ਰੁਪਏ ਕਿਲੋ ਵਿਕਦੀ ਹੈ ਤੇ ਚੌਲ ਦੀ ਕੀਮਤ 14 ਰੁਪਏ ਹੈ। ਮਾ ਪਿਆਜ਼ ਜਿਹੜਾ ਮਹਾਰਾਸ਼ਟਰ ਦਾ, ਜਿਹੜਾ ਨਾਸਿਕ ਦੇ ਇਲਾਕਿਆਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸਾਰਾ ਦੇਸ਼ ਭਰ ਦੇ ਵਿੱਚ ਮਸ਼ਹੂਰ ਆ ਇਲਾਕਾ, ਉੱਥੇ ਕਹਿੰਦੇ ਕਿ ਬੰਦਾ ਪੁੱਛਦਾ ਹੀ ਨੀ ਕਿ ਪਿਆਜ਼ਾਂ ਨੂੰ, ਪਿਆਜ਼ ਉੱਥੇ ਸੜਕਾਂ ਦੇ ਸਿੱਟੇ ਹੋਏ ਹੈ। ਤੇ ਪਰ ਉਹ ਕਹਿੰਦੇ ਕਿ ਸਵਾਹ ਇੱਥੇ ਵਿਕਦੀ ਹੈ, ਕਿਉਂਕਿ ਸਵਾਹ ਉੱਥੇ ਜਦੋਂ ਨਵੀਆਂ ਕੋਈ ਰੈਜੀਡੈਂਸ਼ੀਅਲ ਚੀਜ਼ਾਂ ਬਣਦੀਆਂ ਨੇ ਉੱਥੇ, ਇਮਾਰਤਾਂ ਜਾਂ ਹੋਰ, ਉੱਥੇ ਜਿੰਨਾ ਵੀ ਮਤਲਬ ਧਰਤੀ ਇਹੋ ਜਿਹੀ ਹੈ ਕਿ ਉਹਨੂੰ ਪੱਧਰੀ ਕਰਨ ਦੇ ਲਈ ਸਵਾਹ ਜਿਹੜੀ ਵੇਸਟੇਜ ਹੁੰਦੀ ਹੈ ਉਹਦੀ ਵਰਤੋਂ ਬੜੀ ਹੁੰਦੀ ਹੈ। ਉਹਦੇ ਟਿੱਪਰਾਂ ਦੇ ਟਿੱਪਰ ਲੈਂਦੇ ਜਿੱਥੇ ਕਿਤੇ ਵੀ ਸਾਈਟ ਕੋਈ ਨਵੀਂ ਡਿਵੈਲਪ ਹੁੰਦੀ ਹੈ ਉੱਥੇ। ਤਾਂ ਉਹ ਕਹਿੰਦੇ ਕਿ ਇੱਥੇ ਪੁੱਛਦਾ ਨੀ ਕੋਈ, ਪਿਆਜ਼ਾਂ ਨੂੰ ਕੋਈ ਪੁੱਛਦਾ ਨੀ, ਗੰਢਿਆਂ ਨੂੰ ਕੋਈ ਪੁੱਛਦਾ ਨੀ, ਪਰ ਸਵਾਹ ਵਿਕਦੀ ਹੈ। ਪਿਛਲੇ ਦਿਨੀ ਇਸੇ ਬੰਦੇ ਨੇ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਦੀ ਵੀ ਪ੍ਰਸ਼ੰਸਾ ਕੀਤੀ ਸੀ, ਕਹਿੰਦੇ ਵੀ ਉਹਨਾਂ ਨੇ ਦੇਸ਼ ਵਾਸਤੇ ਬੜਾ ਕੁਛ ਕੀਤਾ। ਪਰ ਹੁਣ ਕਹਿੰਦੇ ਕਿ ਸਾਡੇ ਸਾਹਮਣੇ ਬਹੁਤ ਸਮੱਸਿਆਵਾਂ, ਪਰ ਕਿਸਾਨ ਦੀ ਹਾਲਤ ਬਦਲੀ ਹੈ। ਅਸਲ ਦੇ ਵਿੱਚ ਇਦੋਂ ਪਹਿਲਾਂ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਬਾਰੇ ਗੱਲ ਕਰਨ ਤੋਂ ਪਹਿਲਾਂ ਜਦੋਂ 5 ਰਾਜਾਂ ਦੇ ਵਿੱਚ ਭਾਜਪਾ ਮੂਧੇ ਮੂੰਹ ਡਿੱਗੀ ਸੀ ਨਾ, ਉਦੋਂ ਵੀ ਇਹ ਬੰਦੇ ਨੇ ਕਿਹਾ ਸੀ, ਇਹ ਕਹਿਣਾ ਕਿ ਜਿਹੜੀ ਰਾਜਾਂ ਦੀ ਹਾਰ ਦੀ ਜ਼ਿੰਮੇਵਾਰੀ ਉਹ ਪਾਰਟੀ ਪ੍ਰਧਾਨ ਨੂੰ ਲੈਣੀ ਚਾਹੀਦੀ ਹੈ। ਪਾਰਟੀ ਪ੍ਰਧਾਨ ਕੌਣ ਆ ਹੁਣ? ਉਹ ਅਮਿਤ ਸ਼ਾਹ, ਆਪਾਂ ਸਾਰੇ ਜਾਣਦੇ ਹਾਂ। ਇਹਦੇ ਨਾਲ ਇੱਕ ਮਸਲਾ ਹੋਰ ਵੀ ਜੁੜਦਾ, ਉਹ ਹੈ BJP ਦਾ ਇੱਕ ਫਾਊਂਡਰ ਬੰਦਾ ਵਾ, ਉਹਨੇ ਇਹ ਗੱਲ ਕਹੀ ਹੈ, ਸੰਘਪ੍ਰੀਤ ਗੌਤਮ ਉਹਦਾ ਨਾਂ ਹੈ, ਉਹ ਕਹਿੰਦਾ ਸੀ, ਉਹਨੇ ਪਿਛਲੇ ਦਿਨ ਇੱਕ ਸਟੇਟਮੈਂਟ ਦਿੱਤੀ ਸੀ, ਉਹ ਕਹਿੰਦਾ ਸੀ ਕਿ ਜੇਕਰ ਭਾਜਪਾ ਨੇ ਆਪਣੀ ਬੇੜੀ ਕਿਨਾਰੇ ਲਾਉਣੀ ਹੈ ਤਾਂ ਦੋ ਬੰਦੇ,
ਯੋਗੀ ਤੇ ਅਮਿਤ ਸ਼ਾਹ ਇਹਨਾਂ ਨੂੰ ਲਾਂਭੇ ਕਰ ਦਿੱਤਾ ਜਾਵੇ, ਕਿਉਂਕਿ ਯੋਗੀ ਦੀ ਉੱਤਰ ਪ੍ਰਦੇਸ਼ ਦੇ ਵਿੱਚ ਇਸ ਵੇਲੇ ਜਿਹੜੀ ਛਵੀ ਹੈ ਬਹੁਤ ਬਦਨਾਮ ਹੋ ਚੁੱਕੀ ਹੈ, ਤੇ ਅਮਿਤ ਸ਼ਾਹ ਜਿਹਾ ਬੰਦਾ ਜਿਹਦੇ ਜਿਹੜੇ ਦਾਅ ਪੇਚ ਆ ਹੁਣ ਨਹੀਂ ਚੱਲ ਸਕਦੇ, ਬਥੇਰਾ ਕੁਛ ਉਹਨੇ ਜੋੜ ਤੋੜ ਕਰ ਲਿਆ, ਹੁਣ ਉਹਦਾ ਟਾਈਮ ਨਿਕਲ ਚੁੱਕਿਆ, ਇਸ ਕਰਕੇ ਭਾਜਪਾ ਨੂੰ ਇਹਨਾਂ ਤੋਂ ਲਾਂਭੇ ਕਰਨਾ ਚਾਹੀਦਾ। ਅਸਲ ਦੇ ਵਿੱਚ ਮਸਲਾ ਕੀ ਹੈ ਮੇਰੇ ਨੁਕਤੇ ਨਿਗਾਹ ਦੇ ਨਾਲ, ਮਸਲਾ ਇਹ ਹੈ ਕਿ ਨਿਤਿਨ ਗਡਕਰੀ ਜਿਹੜਾ ਵਾ ਉਹ ਆਰ ਐਸ ਐਸ ਦਾ ਬੰਦਾ, ਆਪਾਂ ਸਾਰੇ ਜਾਣਦੇ ਹਾਂ ਇਸ ਚੀਜ਼ ਨੂੰ। ਆਰ ਐਸ ਐਸ ਚਾਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਮੋਦੀ ਦੀ ਜਿਹੜੀ ਸ਼ੈਡੋ ਹੈ, ਜਿਹੜੀ ਮੋਦੀ ਦੀ ਛਵੀ ਹੈ, ਉਹਦੇ ਪੈਰਲਲ ਕੋਈ ਇਮੇਜ ਕ੍ਰੀਏਟ ਕੀਤੀ ਜਾਵੇ। ਇਸੇ ਕਰਕੇ ਨਿਤਿਨ ਗਡਕਰੀ ਆਪਣੀ ਸਰਕਾਰ ਤੇ ਹਮਲੇ ਕਰ ਰਿਹਾ, ਪਰ ਇਹ ਸਾਰਾ ਕੁਛ ਗਿਣਿਆ ਮਿੱਥਿਆ। ਇਹਦਾ ਰੀਜ਼ਨ ਇੱਕ ਬਹੁਤ ਵੱਡਾ ਹੈ, ਉਹ ਰੀਜ਼ਨ ਇਹ ਹੈ ਕਿ ਇਸ ਵੇਲੇ ਝੋਲਾ ਹੈ ਕਿ ਕੋਈ ਬੰਦਾ ਇਹ ਨਹੀਂ ਕਹਿ ਸਕਦਾ, ਨਾ ਮੋਦੀ, ਨਾ ਅਮਿਤ ਸ਼ਾਹ, ਨਾ ਯੋਗੀ, ਨਾ ਨਿਤਿਨ ਗਡਕਰੀ, ਨਾ ਰਾਜਨਾਥ ਸਿੰਘ, ਨਾ ਰਾਹੁਲ ਗਾਂਧੀ, ਨਾ ਸੋਨੀਆ ਗਾਂਧੀ, ਨਾ ਮਾਇਆਵਤੀ, ਕੋਈ ਵੀ, ਕਿ ਮੇਰੀ ਸਰਕਾਰ ਆਊਗੀ। ਖਿਚੜੀ ਬਣਨੀ ਹੈ, ਸਾਰਿਆਂ ਨੂੰ ਪਤਾ, ਪਰ ਨਿਤਿਨ ਗਡਕਰੀ ਨੂੰ ਉਭਾਰਿਆ ਜਾ ਰਿਹਾ ਆਰ ਐਸ ਐਸ ਵੱਲੋਂ ਕਿ ਸੋ ਦੈਟ ਕਿ ਇਹਨੂੰ ਇੱਕ ਇਹੋ ਜਿਹੇ ਆਗੂ ਤੇ ਪੇਸ਼, ਇਹੋ ਜਿਹੇ ਆਗੂ ਦੇ ਤੌਰ ਤੇ ਪੇਸ਼ ਕੀਤਾ ਜਾਵੇ ਜਿਹੜਾ ਸਾਰਿਆਂ ਦੇ ਵਿੱਚ ਐਕਸੈਪਟੇਬਲ ਹੋਵੇ, ਜਿਹਨੂੰ ਮਾਇਆਵਤੀ ਵੀ ਕਵੇ ਵੀ ਠੀਕ ਹੈ ਇਹਨੂੰ ਬਣਾ ਦੇ ਪ੍ਰਧਾਨ ਮੰਤਰੀ, ਜਿਹਨੂੰ ਅਖਿਲੇਸ਼ ਯਾਦਵ ਵੀ ਕਵੇ, ਜਿਹਨੂੰ ਕਾਂਗਰਸ ਤੇ ਵੀ ਕਿਤੇ ਨਾ ਕਿਤੇ ਰਾਜੀ ਹੋ ਜਾਏ, ਇਸੇ ਕਰਕੇ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਨੂੰ ਯਾਦ ਕੀਤਾ ਨਾ ਹੁਣ। ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੀਆਂ ਵਾਪਰ ਰਹੀਆਂ ਨੇ, ਇਹ ਮੋਦੀ ਸਰਕਾਰ ਦੀ ਆਲੋਚਨਾ ਤਾਂ ਘੱਟ ਹੈ, ਸਕ੍ਰਿਪਟਡ ਜ਼ਿਆਦਾ ਨੇ ਇਹ ਚੀਜ਼ਾਂ। ਜੀ ਜੀ, ਆਪਣੇ ਭਵਿੱਖ ਨੂੰ ਦੇਖਦੇ ਹੋਏ ਇਹ ਬਿਆਨਬਾਜ਼ੀਆਂ ਹੋ ਰਹੀਆਂ ਨੇ। ਅਗਲੀ ਜਿਹੜੀ ਗੱਲ ਕਰਦੇ ਹਾਂ, ਪ੍ਰਵੀਨ ਜੀ ਵੀ ਕਹਿੰਦੇ ਸੀ ਬੀ ਆਈ ਦੀ ਜੰਗ ਵਿੱਚ ਹਾਰੀ ਮੋਦੀ ਸਰਕਾਰ, ਸੁਪਰੀਮ ਕੋਰਟ ਦਾ ਵੱਡਾ ਝਟਕਾ। ਦੇਖੋ, ਸਰਕਾਰ ਨੇ ਨਾ ਅੱਧੀ ਰਾਤ ਨੂੰ ਅਲੋਕ ਵਰਮਾ ਦੇ ਅਧਿਕਾਰ ਵਾਪਸ ਲੈਣ ਦਾ ਫੈਸਲਾ ਕਰ ਲਿਆ ਸੀਗਾ ਤੇ ਉਹਨੂੰ ਛੁੱਟੀ ਤੇ ਭੇਜਿਆ ਸੀਗਾ। ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ, ਉਹ ਕਹਿੰਦੇ ਇੱਦਾਂ ਤੁਸੀਂ ਕਿਵੇਂ ਅਖਤਿਆਰ ਵਾਪਸ ਕਰ ਲਓਗੇ, ਲੈ ਲਓਗੇ, ਇਹ ਫੈਸਲਾ ਸਰਕਾਰ ਦਾ ਰੱਦ ਕਰਤਾ। ਸੁਪਰੀਮ ਕੋਰਟ ਨੇ ਸਾਫ਼ ਕਿਹਾ ਕਿ ਅਲੋਕ ਵਰਮਾ ਨੀਤੀਗਤ ਫੈਸਲੇ ਨਹੀਂ ਲੈ ਸਕਦੇ, ਨਾ ਇੱਕ ਨਵੀਂ ਜਾਂਚ ਸ਼ੁਰੂ ਕਰ ਸਕਦੇ, ਪਰ ਕੰਮ ਉਹ ਕਰਨਗੇ ਤੇ ਇਹਨਾਂ ਦਾ ਕਾਰਜਕਾਲ ਵੀ ਜਨਵਰੀ ਮਹੀਨੇ ਖਤਮ ਹੋਣਾ ਵਾ। ਸੀਨੀਅਰ ਵਕੀਲ ਨੇ ਪ੍ਰਸ਼ਾਂਤ ਭੂਸ਼ਣ, ਜਦੋਂ ਸੁਪਰੀਮ ਕੋਰਟ ਨੇ ਸਟੇਟਮੈਂਟ ਦਿੱਤੀ ਤਾਂ ਉਹ ਕਹਿੰਦੇ ਕਿ ਨਿਯੁਕਤੀ ਕਮੇਟੀ ਜਿਹਦੇ ਚ ਪ੍ਰਧਾਨ ਮੰਤਰੀ ਹੁੰਦਾ, ਵਿਰੋਧੀ ਧਿਰ ਦਾ ਨੇਤਾ ਹੁੰਦਾ, ਚੀਫ ਜਸਟਿਸ ਹੁੰਦਾ, ਤੇ ਉਹਨਾਂ ਨੇ ਨੀਤੀਗਤ ਕੰਮਾਂ ਤੇ ਫੈਸਲਾ ਲੈਣਾ ਤੇ, ਪਰ ਜਦੋਂ ਕਿਸੇ ਨੂੰ ਰੁਖਸਤ ਕਰਨਾ, ਕਿਸੇ ਨੂੰ ਭੇਜਣਾ ਵਾ, ਤਾਂ ਉਦੋਂ ਵੀ ਇਹਨਾਂ ਬੰਦਿਆਂ ਦੀ ਆਪਸ ਵਿੱਚ ਦੀ ਗੱਲਬਾਤ ਹੁੰਦੀ ਹੈ। ਫਿਰ ਜੇ ਨਿਯੁਕਤੀ ਵੇਲੇ ਹੁੰਦੀ ਹੈ, ਨਿਯੁਕਤੀ ਵੇਲੇ ਪ੍ਰਧਾਨ ਮੰਤਰੀ ਹੋਣਾ ਚਾਹੀਦਾ ਹੈ ਔਰ ਸੁਪਰੀਮ ਕੋਰਟ ਦਾ ਜਸਟਿਸ ਚੀਫ ਜਸਟਿਸ ਹੋਣਾ ਚਾਹੀਦਾ ਔਰ ਵਿਰੋਧੀ ਧਿਰ ਦਾ ਨੇਤਾ ਹੋਣਾ ਚਾਹੀਦਾ, ਤਾਂ ਉਹਨੂੰ ਜੇ ਆਪਾਂ ਛੁੱਟੀ ਤੇ ਭੇਜਣਾ ਜਾਂ ਉਹਨੂੰ ਵਿਦਾ ਕਰਨਾ ਉਹਦੇ ਉਹਦੇ ਤੇ, ਤਾਂ ਉਦੋਂ ਵੀ ਪ੍ਰਧਾਨ ਮੰਤਰੀ ਨੂੰ ਕੌਨਫੀਡੈਂਸ ਦੇ ਵਿੱਚ, ਦੂਜਿਆਂ ਨੂੰ ਪ੍ਰਧਾਨ ਮੰਤਰੀ ਨੇ ਕੌਨਫੀਡੈਂਸ਼ੀਅਲ ਦੇ ਵਿੱਚ ਰਹਿਣਾ ਹੁੰਦਾ, ਕੌਨਫੀਡੈਂਸ ਦੇ ਵਿੱਚ ਰਹਿਣਾ ਹੁੰਦਾ। ਤਾਂ ਇੱਥੇ ਇਹ ਗੱਲ ਨਹੀਂ ਹੋ ਸਕੀ, ਇੱਥੇ ਸਰਕਾਰ ਕਹਿੰਦੀ ਕਿ ਤੁਸੀਂ ਮਾੜਾ ਜਿਹਾ ਜਾਓ ਛੁੱਟੀ ਤੇ, ਸਾਨਾ ਸਾਹਿਬ ਵੀ ਜਾਣਗੇ, ਤੁਸੀਂ ਵੀ ਜਾਓ ਤੇ ਅਸੀਂ ਦੇਖ ਰਹੇ ਹਾਂ ਫਿਰ ਕੰਮ ਕਾਰ। ਪਰ ਸੁਪਰੀਮ ਕੋਰਟ ਕਹਿੰਦੀ ਕਿ ਇੱਦਾਂ ਨਹੀਂ, ਕਾਮਨ ਕਾਜ ਜਿਹੜੀ ਇੱਕ ਐਨ ਜੀ ਓ ਆ, ਉਹ ਪਟੀਸ਼ਨ ਉਹਨਾਂ ਨੇ ਲਾਈ ਸੀ ਸੁਪਰੀਮ ਕੋਰਟ ਦੇ ਵਿੱਚ, ਤਾਂ ਉਹ ਕਹਿੰਦੇ ਕਿ ਇੱਦਾਂ ਨਹੀਂ ਗਾ, ਇਹ ਚੀਜ਼ ਤੁਹਾਡੀਆਂ ਗਲਤ, ਤੁਸੀਂ ਇੱਦਾਂ ਫੈਸਲੇ ਨਹੀਂ ਲੈ ਸਕਦੇ। ਸੋ ਇੱਕ ਤਰੀਕੇ ਨਾਲ ਜੇਕਰ ਵੇਖਿਆ ਜਾਵੇ ਤਾਂ ਕੋਰਟ ਨੇ ਸਿੱਧੇ ਤੌਰ ਤੇ ਮੋਦੀ ਨੂੰ ਫਟਕਾਰ ਲਾਈ ਹੈ, ਕਿਉਂਕਿ ਮੋਦੀ ਸਾਹਿਬ ਨੇ ਤਾਂ ਕੌਨਫੀਡੈਂਸ ਦੇ ਵਿੱਚ ਲੈ ਕੇ ਤੇ ਇਹ ਫੈਸਲਾ ਲੈਣਾ ਸੀਗਾ ਕਿ ਉਹਨਾਂ ਨੂੰ ਛੁੱਟੀ ਤੇ ਭੇਜਣਾ ਜਾਂ ਅਚਨਚੇਤ ਭੇਜਣਾ ਜਾਂ ਕਿਵੇਂ ਭੇਜਣਾ, ਉਹਨਾਂ ਨੂੰ ਕੰਮ ਦੇਣਾ ਜਾਂ ਨਹੀਂ ਦੇਣਾ, ਨੀਤੀਗਤ ਕੰਮਾਂ ਤੇ ਉਹ ਫੈਸਲੇ ਲੈਣਗੇ ਕਿ ਨਹੀਂ, ਜਾਂਚਾਂ ਕਰਨਗੇ ਜਾਂ ਨਹੀਂ ਕਰਨਗੇ, ਇਹਨਾਂ ਮਸਲਿਆਂ ਤੇ, ਤਮਾਮ ਮਸਲਿਆਂ ਤੇ ਜਿਹੜੇ ਹੋਣੇ ਸੀਗੇ, ਤਾਂ ਉਹ ਮੋਦੀ ਸਾਹਿਬ ਨੂੰ ਰੋਕਤਾ ਇੱਕ ਤਰ੍ਹਾਂ ਨਾਲ, ਕਾਨੂੰਨ ਨੇ, ਸੁਪਰੀਮ ਕੋਰਟ ਨੇ, ਕਿ ਤੁਸੀਂ ਇੱਦਾਂ ਨਹੀਂ ਕਰ ਸਕਦੇ। ਫੈਸਲਾ ਕੇਂਦਰ ਸਰਕਾਰ ਦਾ ਰੱਦ ਕਰ ਦਿੱਤਾ। ਕੇਂਦਰ ਸਰਕਾਰ ਨੇ ਕਦੋਂ ਛੁੱਟੀ ਤੇ ਭੇਜਿਆ ਸੀ? 23 ਅਕਤੂਬਰ ਨੂੰ। 23 ਅਕਤੂਬਰ ਨੂੰ ਕੇਂਦਰ ਸਰਕਾਰ ਨੇ ਅੱਧੀ ਰਾਤ ਨੂੰ ਬੰਦੇ ਨੂੰ ਛੁੱਟੀ ਤੇ ਭੇਜਿਆ ਸੀ, ਨਾਲ ਇਹਦੇ ਅਸਥਾਨਾ ਸੀਗਾ। ਹੁਣ ਦੂਜਾ ਮਸਲਾ ਇਹ ਹੈ ਕਿ ਜੇ ਬੀਜੇਪੀ ਦੇ ਪਾਸੇ ਵੇਖੇ ਨਾ, ਤੇ ਬੀਜੇਪੀ ਨਾਲ ਪਹਿਲੀ ਵਾਰੀ ਵੀ ਅੱਜ ਹੀ ਇਹ ਗੱਲ ਹੋਈ ਜੀ। ਉੱਤਰਾਖੰਡ ਦੇ ਵਿੱਚ ਬੀਜੇਪੀ ਨੇ ਕਾਂਗਰਸ ਦੀ ਸਰਕਾਰ ਦੇਤੀ ਸੀਗੀ, ਪਰ ਹਾਈਕੋਰਟ ਨੇ ਫੈਸਲਾ ਉਲਟਾ ਦਿੱਤਾ ਸੀਗਾ ਜੀ, ਤੁਹਾਨੂੰ ਯਾਦ ਹੋਣਾ। ਬਿਲਕੁਲ।
ਯਾਨੀ ਕਿ ਕਾਨੂੰਨ ਦੇ ਕਾਨੂੰਨ ਤੋਂ ਤਾਂ ਸੂਤ ਆ ਜਾਂਦੇ, ਇਹ ਉਮੂਨੀ ਸੂਤ ਆਉਂਦੇ। ਫਿਰ ਇਹਨਾਂ ਨੇ ਜੰਮੂ ਕਸ਼ਮੀਰ ਦੇ ਵਿੱਚ ਜੋ ਕੀਤਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਫਿਰ ਇਹਨਾਂ ਨੇ RBI ਤੇ ਦਬਾਅ ਪਾਇਆ ਕਿ ਭਾਈ ਤੁਸੀਂ ਸਾਨੂੰ ਜਿਹੜਾ ਤੁਹਾਡੇ ਕੋਲ ਰਿਜ਼ਰਵ ਫੰਡ ਹੈ ਉਹਦੇ 'ਚ ਸਾਨੂੰ ਰਿਜ਼ਰਵ ਭੰਡਾਰ ਦੇ ਵਿੱਚ ਸਾਨੂੰ ਪੈਸਾ ਦਿਓ। ਉਹਦੇ 'ਚੋਂ ਆਊਟਪੁੱਟ ਕੀ ਨਿਕਲੀ ਕਿ ਜਿਹੜਾ ਉਰਜਿਤ ਪਟੇਲ ਹੈ ਉਹ ਨਿੱਜੀ ਕਾਰਨਾਂ ਕਰਕੇ ਅਸਤੀਫਾ ਦੇ ਗਿਆ। ਮਤਲਬ ਕਿ ਸਰਕਾਰ ਜਿਹੜੀ ਹੈ, ਕਹਿਣ ਤੋਂ ਭਾਵ ਹੈ ਜਿਹੜੀ ਭਾਜਪਾ ਇਸ ਵੇਲੇ, ਉਹ ਸੰਵਿਧਾਨਿਕ ਜਿਹੜੇ ਅਹੁਦੇ ਆ ਜਿੱਦਾਂ CBI ਹੈ, RBI ਹੈ, ਇਹਨਾਂ ਚੀਜ਼ਾਂ ਤੇ ਇਕੱਲਾ ਆਪਣਾ ਕੰਟਰੋਲ ਨਹੀਂ ਕਰਨਾ ਚਾਹੁੰਦੀ। ਆਪਾਂ ਕਹਿੰਦੇ ਹਾਂ ਕਿ ਜਿਹੜੀਆਂ ਸਾਡੀਆਂ ਏਜੰਸੀਆਂ ਇਹਨਾਂ ਦੇ ਤੋਤੇ ਦੇ ਪਿੰਜਰੇ ਵਾਂਗ ਫਲਾਣਾ ਫਲਾਣਾ, ਨਹੀਂ, ਇਹਨਾਂ ਤੇ ਕੰਟਰੋਲ ਨਹੀਂ ਕਰਨਾ ਚਾਹੁੰਦੀ, ਇਹਨਾਂ ਨੂੰ ਆਪਣੇ ਵਾਂਗ ਚਲਾਉਣਾ ਚਾਹੁੰਦੀ ਹੈ, ਆਪਣੀ ਮਰਜ਼ੀ ਦੇ ਮੁਤਾਬਕ ਚਲਾਉਣਾ ਚਾਹੁੰਦੀ ਹੈ। ਹੁਣ ਜੇਕਰ ਵਿਰੋਧੀ ਧਿਰਾਂ ਤੇ ਆਪਾਂ ਗੱਲ ਕਰੀਏ ਨਾ, ਵਿਰੋਧੀ ਧਿਰ ਜਿਹੜੇ ਇਲਜ਼ਾਮ ਲਾਉਂਦੇ ਆ ਉਹ ਕਹਿੰਦੇ ਆ ਕਿ ਜਿਹੜਾ ਅਲੋਕ ਵਰਮਾ ਹੈ ਇਹਦੇ ਕੋਲੇ ਰਫੇਲ ਦੀ ਜਿਹੜੀ ਫਾਈਲ ਹੈ, ਰਫੇਲ ਦੀ ਜਾਂਚ ਦੀ ਫਾਈਲ ਇਸ ਬੰਦੇ ਦੇ ਟੇਬਲ ਤੇ ਪਈ ਹੈ, ਇਸੇ ਕਰਕੇ ਕੇਂਦਰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਇਹਨੂੰ ਪਾਸੇ ਕਰਨਾ ਚਾਹੁੰਦੀ ਹੈ। ਹੁਣ ਇਹ ਤਾਂ ਰੱਬ ਜਾਣੇ ਕਿ ਕੇਂਦਰ ਸਰਕਾਰ ਵਾਕਈ ਇਹਨੂੰ ਰਫੇਲ ਦੇ ਮਸਲੇ ਕਰਕੇ ਪਾਸੇ ਕਰਨਾ ਚਾਹੁੰਦੀ ਜਾਂ ਫਿਰ ਉਹਦੀਆਂ ਹੋਰ ਮਜਬੂਰੀਆਂ ਨੇ। ਪਰ ਇਹਨਾਂ ਨੇ ਨਾਗੇਸ਼ਵਰ ਰਾਓ ਨੂੰ ਲਿਆਂਦਾ ਸੀ ਬੰਦਾ, ਉਹ ਵੀ ਥੋੜਾ ਜਿਹਾ ਵਿਵਾਦ ਜਿਹਾ ਹੀ ਲੱਗਦਾ ਮੈਨੂੰ। ਪਰ ਅਸਲ ਦੇ ਵਿੱਚ ਇਹ ਮੋਦੀ ਸਾਹਿਬ ਨੂੰ ਇੱਕ ਬਹੁਤ ਵੱਡੀ ਫਟਕਾਰ ਹੈ ਕਿ ਜਿਹੜਾ ਉਹਨੇ ਤਾਨਾਸ਼ਾਹੀ ਫੈਸਲਾ ਲਿਆ ਸੀ ਉਹ ਰੱਦ ਕਰਤਾ ਸੁਪਰੀਮ ਕੋਰਟ ਨੇ। ਜੀ ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਮਾਫੀ ਚਾਹੁੰਦਾ, UP ਦੇ ਵਿੱਚ ਕਹਿੰਦੇ ਬੱਚਿਆਂ ਨੂੰ ਵੰਡੀ ਗਈ ਸ਼ਰਾਬ ਭਾਜਪਾ ਨੇਤਾ ਤੇ ਲੱਗੇ ਨੇ ਇਲਜ਼ਾਮ। UP ਦੇ ਵਿੱਚ ਹਰਦੋਈ ਜ਼ਿਲ੍ਹਾ ਵਾ, ਉੱਥੇ ਇੱਕ ਮੰਦਿਰ ਹੈ ਪਾਸੀ ਸਮਾਜ ਦਾ, ਤੇ ਇੱਥੇ ਸਮਾਗਮ ਕੀਤਾ ਸੀਗਾ ਕੀ ਨੇ ਨਰੇਸ਼ ਅਗਰਵਾਲ। ਕੌਣ ਆ ਨਰੇਸ਼ ਅਗਰਵਾਲ? BJP ਦਾ ਇਸ ਵੇਲੇ ਮੋਰਲੀ ਕਤਾਰ ਦੇ ਵਿੱਚੋਂ ਇੱਕ ਚਿਹਰਾ UP ਦੇ ਵਿੱਚ। ਇਹਦੇ ਮੁੰਡੇ ਨਿਤਿਨ ਅਗਰਵਾਲ ਨੇ ਪਾਸੀ ਸਮਾਜ ਦੇ ਮੰਦਿਰ ਦੇ ਵਿੱਚ, ਹਰਦੋਈ ਜ਼ਿਲ੍ਹੇ ਦੇ ਵਿੱਚ ਨਰੇਸ਼ ਅਗਰਵਾਲ ਦੇ ਮੁੰਡੇ ਨਿਤਿਨ ਅਗਰਵਾਲ ਨੇ ਇੱਕ ਸਮਾਗਮ ਕੀਤਾ ਸੀਗਾ। ਇਸ ਸਮਾਗਮ ਦੇ ਵਿੱਚ ਜਦੋਂ ਸਮਾਗਮ ਹੋ ਹਟਿਆ ਤੇ ਜਿਹੜੇ ਖਾਣ ਦੇ ਪੈਕਟ ਜਵਾਕਾਂ ਨੂੰ ਜਾਂ ਉੱਥੇ ਆਏ ਲੋਕਾਂ ਨੂੰ ਵੰਡੇ ਗਏ ਸੀਗੇ, ਉਹਨਾਂ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਸੀ। ANI ਤੇ ਬਕਾਇਦਾ ਇਹਦੀ ਫੋਟੋ ਪਈ ਹੈ, ਜੇ ਕੋਈ ਬੰਦਾ ANI ਦੇ ਟਵਿੱਟਰ ਹੈਂਡਲ ਤੇ ਜਾਊਗਾ, ANI ਡਿਜੀਟਲ ਸਰਚ ਕਰੂਗਾ, ਉੱਥੇ ਇਹ ਫੋਟੋ ਪਈ ਹੈ। ਹੁਣ ਜਿਹੜਾ ਅੰਸ਼ੁਲ ਵਰਮਾ ਹੈ, ਅੰਸ਼ੁਲ ਵਰਮਾ ਉੱਥੋਂ ਦਾ MP ਹੈ, ਉਹਨੇ ਯੋਗੀ ਨੂੰ ਇਹਦੀ ਸ਼ਿਕਾਇਤ ਕਰਤੀ ਹੈ, CM ਯੋਗੀ ਨੂੰ। ਉਹ ਕਹਿੰਦਾ ਕਿ ਇੱਦਾਂ ਬਈ ਇਹ ਸਮਾਗਮ ਹੋਇਆ ਤੇ ਉਹਦੇ ਵਿੱਚ ਨਰੇਸ਼ ਅਗਰਵਾਲ ਦੇ ਮੁੰਡੇ ਨੇ ਸ਼ਰਾਬ ਵੰਡੀ ਹੈ ਪੈਕਟਾਂ ਦੇ ਵਿੱਚ, ਤੇ ਤੁਸੀਂ ਉੱਥੇ ਉਹਦੇ ਤੇ ਕੋਈ ਕਾਰਵਾਈ ਕਰੋ। ਉਹ ਕਹਿੰਦਾ ਕਿ ਜਿਹੜੇ ਲੰਚ ਬਾਕਸ ਵੰਡੇ ਗਏ ਉਹਦੇ ਵਿੱਚ ਸ਼ਰਾਬ ਦੀਆਂ ਸ਼ੀਸ਼ੀਆਂ ਵੀ ਸੀਗੀਆਂ, ਫੋਟੋਆਂ ਲੋਕ ਖਿੱਚੀ ਦਿੱਤੇ ਹੈ। ਭਾਜਪਾ ਨੇ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਦਿੱਤਾ, ਪਰ ਉਹਨੇ ਇਹ ਵੀ ਕਿਹਾ ਵੀ ਜੇਕਰ ਤੁਸੀਂ ਕਾਰਵਾਈ ਨਹੀਂ ਕੀਤੀ ਤਾਂ ਅਸੀਂ ਸੜਕਾਂ ਉੱਪਰ ਜਾਵਾਂਗੇ ਸਰ, ਤੇ ਜੇਕਰ ਜੇ ਕਿਸੇ ਇਹਦੇ ਤੇ ਕਿਸੇ ਅਧਿਕਾਰੀ ਦੀ ਵੀ ਗਲਤੀ ਹੈ ਤਾਂ ਉਹਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। 6 ਜਨਵਰੀ ਦੀ ਗੱਲ ਹੈ ਜਦੋਂ ਇਹ ਸਮਾਗਮ ਹੋਇਆ ਸੀਗਾ। ਨਰੇਸ਼ ਅਗਰਵਾਲ ਹੁਣ ਟਾਲਾ ਵਰਦਾ ਫਿਰਦਾ, ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਗਾ ਕੀ ਸਿਸਟਮ ਹੈ, ਭਾਜਪਾ ਵੀ ਸਮਾਗਮ ਕਰਵਾਏ ਜਾਣ ਤੋਂ ਇਨਕਾਰ ਕਰ ਰਹੀ ਹੈ, ਭਾਜਪਾ ਕਹਿੰਦੀ ਸਾਨੂੰ ਪਤਾ ਨਹੀਂ। ਅਸਲ ਦੇ ਵਿੱਚ ਆਲਮ ਇਹ ਹੋ ਚੁੱਕਿਆ ਹੈ ਕਿ ਲੋਕ ਜਿਹੜੇ ਹੈ ਉਹਨਾਂ ਤੇ ਤਾਂ ਇਹ ਸ਼ੱਕ ਦੇ ਆਧਾਰ ਤੇ ਵੀ ਹਮਲਾ ਕੀਤਾ ਜਾ ਸਕਦਾ ਦੂਜਿਆਂ ਤੇ, ਮਿਨੋਰਟੀ ਤੇ, ਇਹਨਾਂ ਕੋਲ ਸ਼ਾਇਦ ਬੀਫ ਹੈ। ਪਰ ਦੂਜੇ ਪਾਸੇ ਜੇ ਕੋਈ ਪਾਰਟੀ ਦਾ ਬੰਦਾ ਮੰਦਿਰ ਦੇ ਵਿੱਚ ਸ਼ਰਾਬ ਵੰਡੇ ਤਾਂ ਉਹਦੇ ਬਾਰੇ ਇਹਨਾਂ ਨੂੰ ਭਾਜਪਾ ਨੂੰ ਪਤਾ ਨਹੀਂ ਲੱਗਦਾ। ਸਵਾਲ ਇਹ ਉੱਠਦਾ ਹੈ ਕਿ ਜੇਕਰ ਮਰੀ ਗਾਂ ਤੋਂ ਜਾਂ ਗਾਂ ਦੇ ਮਾਸ ਦੇ ਸ਼ੱਕ ਤੋਂ ਕਿਸੇ ਬੰਦੇ ਤੇ ਹਮਲਾ ਕੀਤਾ ਜਾ ਸਕਦਾ ਹੈ, ਤਾਂ ਫਿਰ ਜੇ ਮੰਦਿਰ 'ਚ ਸ਼ਰਾਬਾਂ ਵੰਡੀਆਂ ਜਾ ਰਹੀਆਂ ਤੇ ਫਿਰ ਉਹਨਾਂ ਦੇ ਬਾਰੇ ਕਾਰਵਾਈ ਕਿਉਂ ਹੁੰਦੀ? ਜੀ ਜੀ ਜੀ, ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਖਹਿਰਾ, ਮਾਫੀ ਚਾਹੁੰਦਾ ਪ੍ਰਵੀਨ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਖਹਿਰਾ ਨੇ ਐਲਾਨੀ ਆ ਨਵੀਂ ਪਾਰਟੀ। ਖਹਿਰਾ ਕਾਫੀ ਟਾਈਮ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਐਪੀਸੋਡ ਕਈ ਐਪੀਸੋਡ ਦਰ ਐਪੀਸੋਡ ਇਹ ਜਿਹੇ ਵਾਪਰ ਰਹੇ ਸੀ ਘਟਨਾਕ੍ਰਮ ਦਰ ਘਟਨਾਕ੍ਰਮ ਜੀ, ਕਿ ਖਹਿਰਾ ਸਾਹਿਬ ਨੇ ਇਸ਼ਾਰਾ ਤਾਂ ਕਰ ਹੀ ਦਿੱਤਾ ਸੀਗਾ। ਅੱਜ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਪੰਜਾਬੀ ਏਕਤਾ ਪਾਰਟੀ
ਤੇ 6 ਵਿਧਾਇਕ ਕੰਵਰ ਸੰਧੂ, ਨਾਜਰ ਸਿੰਘ, ਮਾਨ ਸ਼ਾਹੀਆ, ਪਰਮਲ ਸਿੰਘ, ਜਗਾ ਇਸੋਵਾਲ, ਜਗਦੇਵ ਸਿੰਘ ਕਮਾਲੂ ਤੇ ਮਾਸਟਰ ਬਲਦੇਵ ਸਿੰਘ ਨਾਲ ਵੀ ਸੀਗੇ। ਹਾਲਾਂਕਿ ਮਾਨ ਸ਼ਾਹੀਆ ਨੇ ਬਾਅਦ ਚ ਕਿਹਾ ਇੱਕ ਇੰਟਰਵਿਊ ਦੇ ਵਿੱਚ ਕਿ ਬਾਈ ਅਸੀਂ ਬਾਹਰੋਂ ਸਮਰਥਨ ਦੇਵਾਂਗੇ, ਅਸੀਂ ਪਾਰਟੀ ਦੇ ਵਿੱਚ ਨਹੀਂ ਹਲੇ, ਅਸੀਂ ਬਾਹਰੋਂ ਸਮਰਥਨ ਦੇਵਾਂਗੇ। ਇਹ ਵੀ ਇੱਕ ਸਟੈਂਡ ਆ ਬੰਦੇ ਦਾ, ਮਤਲਬ ਜਦੋਂ ਖਹਿਰਾ ਪੁੱਛੇ ਕਿ ਹਾਂਜੀ ਮਾਨ ਸ਼ਾਹੀਆ ਸਾਹਿਬ ਕਿਵੇਂ ਹੋ, ਅਸੀਂ ਤੁਹਾਡੇ ਨਾਲ ਹੈ। ਜਦੋਂ ਮੀਡੀਆ ਪੁੱਛੇ ਕਿ ਹਾਂਜੀ ਮਾਨ ਸ਼ਾਹੀਆ ਸਾਹਿਬ ਦੱਸੋ ਤੁਸੀਂ, ਅਸੀਂ ਜੀ ਸਮਰਥਨ ਦੇਵਾਂਗੇ, ਮਤਲਬ ਪਤਾ ਨੀ ਕਿਹੋ ਸਮਰਥਨ ਹੈ। ਸ਼ਾਇਦ ਇਹ ਵੀ ਡਰਦਾ ਕਿ ਸ਼ਾਇਦ ਵਿਧਾਇਕ ਹੀ ਨਾ ਫਸ ਜਾਵੇ ਕਿਤੇ। ਪਰ ਗੌਰ ਕਰਨ ਵਾਲੀ ਕਿਹੜੀ ਚੀਜ਼ ਹੈ, ਗੌਰ ਕਰਨ ਵਾਲੀ ਚੀਜ਼ ਹੈ ਕਿ ਖਹਿਰਾ ਸਾਹਿਬ ਵਿਭਾਗ ਬੁਲਾ ਰਹੇ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਜਿਹੜੀ ਉਹਨਾਂ ਨੇ ਅੱਜ ਸਪੀਚ ਕੀਤੀ ਹੈ, ਉਸ ਸਪੀਚ ਨੂੰ ਜੇ ਆਪਾਂ ਡੂੰਘਾਈ ਦੇ ਨਾਲ ਦੇਖੀਏ ਤਾਂ ਉਹਨਾਂ ਨੇ ਉਹੀ ਗੱਲਾਂ ਕੀਤੀਆਂ ਨੇ ਜਿਹੜੀਆਂ ਪਿਛਲੇ 5-7 ਸਾਲਾਂ ਤੋਂ ਕਰਦੇ ਆ ਰਹੇ। ਜਦਕਿ ਲੋਕਾਂ ਨੂੰ ਜਿਹੜੀ ਤਵੱਕੋ ਸੀ, ਜਿਹੜੀ ਉਡੀਕ ਸੀਗੀ, ਉਹ ਇਹ ਸੀਗੀ ਕਿ ਸ਼ਾਇਦ ਕਿਸੇ ਰੋਡ ਮੈਪ ਦੀ ਗੱਲ ਕਰਨਗੇ। ਹੁਣ ਜਿਹੜੇ ਆਪਾਂ ਨੂੰ ਸੁਣ ਰਹੇ ਆ ਲੋਕ, ਜਿਹੜੇ ਖਹਿਰਾ ਸਾਹਿਬ ਦੇ ਸਪੋਰਟਰਸ ਨੇ ਜਾਂ ਖਹਿਰਾ ਸਾਹਿਬ ਨੂੰ ਆਪਣਾ ਲੀਡਰ ਮੰਨਦੇ ਨੇ, ਉਹ ਕਹਿਣਗੇ ਕਿ ਨਹੀਂ, ਖਹਿਰਾ ਸਾਹਿਬ ਨੇ ਬੜੀਆਂ ਗੱਲਾਂ ਕੀਤੀਆਂ। ਤਾਂ ਕਿਹੜੀਆਂ ਗੱਲਾਂ ਕੀਤੀਆਂ ਮੈਂ ਇਹ ਵੀ ਦੱਸ ਦਿੰਦਾ। ਉਹ ਕਹਿੰਦੇ ਕਿ ਅਸੀਂ ਭ੍ਰਿਸ਼ਟਾਚਾਰੀ ਤੇ ਨੱਥ ਪਾਵਾਂਗੇ, ਜਿਹੜੇ ਕੇਬਲ ਆ, ਟਰਾਂਸਪੋਰਟ ਮਾਫੀਆ, ਗੈਰ ਕੌਮੀ ਮਾਈਨਿੰਗ, ਇਹਦੇ ਤੇ ਸਖ਼ਤ ਸਟੈਂਡ ਲਵਾਂਗੇ, ਤੇ ਹੋਰ ਜਿਹੜੇ ਮਤਲਬ ਸਾਡੇ ਲੋਕਪਾਲ ਬਿੱਲ ਲਿਆਵਾਂਗੇ, ਜਾਂ ਜਿਹੜੇ ਲੀਡਰ ਆ ਇਸ ਵੇਲੇ ਉਹਨਾਂ ਨੂੰ ਬੇਅਦਬੀ ਮਾਮਲਿਆਂ ਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਧੱਕਾਂਗੇ। ਇਹ ਤਾਂ ਅਸੀਂ ਪਿਛਲੇ 3-4 ਸਾਲਾਂ ਤੋਂ ਗੱਲਾਂ ਸੁਣਦੇ ਹੀ ਆ ਰਹੇ ਹਾਂ ਨਾ ਕਿ ਐਂ ਹੋਊਗਾ। ਪਰ ਹੋਊਗਾ ਕਿਵੇਂ? ਮੈਂ ਹੁਣ ਕਹਿ ਰਿਹਾ ਕਿ ਮੈਂ ਜੀ ਸ਼ੂਟਿੰਗ ਦੇ ਵਿੱਚ ਹੁਣ ਤਗਮਾ ਜਿੱਤਣਾ ਵਾ, ਕਿ ਕੋਈ ਬੰਦਾ ਇਸ ਗੱਲ ਦਾ ਯਕੀਨ ਕਰ ਲੂਗਾ? ਅਗਲਾ ਤੂੰ ਪਹਿਲਾਂ ਭਲਿਆ ਮਾਨਸਾ, ਪਹਿਲਾਂ ਪੰਜਾਬ ਲੈਵਲ ਤੇ ਤਾਂ ਖੇਡ ਲਾ, ਪਹਿਲਾਂ ਕੁਛ ਹੋਰ ਤਾਂ ਕਰ ਲਾ। ਸੋ ਇਹ ਜਿਹੜੀਆਂ ਚੀਜ਼ਾਂ, ਮੈਂ ਇਹ ਵੀ ਕਹਿੰਦਾ ਕਿ ਖਹਿਰਾ ਸਾਹਿਬ ਬੇਮਤਲਬ ਦੀ ਰਾਜਨੀਤੀ ਕਰ ਰਹੇ ਆ। ਮੈਂ ਕਹਿ ਰਿਹਾ ਕਿ ਮਸਲੇ ਤਾਂ ਉਹੀ ਨੇ, ਪਰ ਹੱਲ ਕਿਵੇਂ ਹੋਣਗੇ? ਤੁਹਾਡੇ ਕੋਲ ਰੋਡ ਮੈਪ ਕੀ ਹੈ? ਤੁਸੀਂ ਖੁਦ ਕਹਿੰਦੇ ਕਿ ਪੰਜਾਬ ਦੇ ਸਿਰ 2.25 ਲੱਖ ਕਰੋੜ ਦਾ ਕਰਜ਼ਾ ਹੈ, ਫਿਰ ਤੁਸੀਂ ਉਹ ਕਰਜ਼ਾ ਲਾਓਗੇ ਕਿਵੇਂ? ਤੁਸੀਂ ਇਹ ਕਹਿੰਦੇ ਹੋ ਕਿ ਪੰਜਾਬ ਦੇ 60 ਲੱਖ ਬੇਰੁਜ਼ਗਾਰ ਆ, ਉਹਨੂੰ ਰੁਜ਼ਗਾਰ ਕਿਵੇਂ ਦੇਣਾ? ਕੀ ਕਰੋਗੇ ਤੁਸੀਂ? ਇਕੱਲਾ ਇਹ ਕਹਿ ਕੇ ਕਿ ਕੇਂਦਰ ਸਰਕਾਰ ਨੇ ਜੀ ਪਿੱਠ ਦੇ ਵਿੱਚ ਛੁਰਾ ਮਾਰਿਆ, ਇਹਨਾਂ ਨੇ ਹਿਮਾਲੀ ਜਿਹੜੇ ਪਹਾੜੀ ਰਾਜ ਹੈ ਉਹਨਾਂ ਨੂੰ ਸਬਸਿਡੀ ਦੇ ਦਿੱਤੀ, ਸਾਨੂੰ ਦਿੱਤੀ ਨੀ। ਖੇਤੀ ਦੀਆਂ ਸਬਸਿਡੀਆਂ ਦੀ ਵੀ ਖਹਿਰਾ ਸਾਹਿਬ ਨੇ ਗੱਲ ਕਹੀ ਹੈ, ਉਹ ਕਹਿੰਦੇ ਕਿ ਸਿੱਧੀਆਂ ਸਬਸਿਡੀਆਂ ਦੇਵਾਂਗੇ ਕਿਸਾਨਾਂ ਨੂੰ, ਡਾਇਰੈਕਟ ਸਬਸਿਡੀਆਂ ਦੇਵਾਂਗੇ, ਅਫਸਰਸ਼ਾਹੀ ਦੇ ਟਾਰਗੇਟ ਕਰਾਂਗੇ, ਲੋਕਪਾਲ ਬਿੱਲ ਲਿਆਵਾਂਗੇ। ਇਹ ਕਹਿਣ ਨੂੰ ਤਾਂ ਗੱਲਾਂ ਬਹੁਤ ਸੌਖੀਆਂ ਲੱਗਦੀਆਂ ਨੇ, ਪਰ ਇਹ ਕਰਨੀਆਂ ਬਹੁਤ ਔਖੀਆਂ ਨੇ। ਇਸ ਵੇਲੇ ਜੋ ਹਾਲਾਤ ਆ ਪੰਜਾਬ ਦੇ, ਉਹਨਾਂ ਦੇ ਹਿਸਾਬ ਨਾਲ ਖਹਿਰਾ ਸਾਹਿਬ ਨੇ ਰੋਡ ਮੈਪ ਨਹੀਂ ਦਿੱਤਾ। ਹਾਂ, ਉਹਨਾਂ ਨੂੰ ਮੁੱਦਿਆਂ ਦੀ ਚੰਗੀ ਨੌਲੇਜ ਹੈ, ਮੁੱਦਿਆਂ ਤੇ ਚੰਗੀ ਪਕੜ ਵੀ ਹੈ, ਮੁੱਦਿਆਂ ਤੇ ਚੰਗਾ ਬੋਲ ਵੀ ਲੈਂਦੇ ਆ। ਉਹੀ ਸਪੀਚ ਉਹਨਾਂ ਨੇ ਅੱਜ ਦੁਹਰਾਈ ਹੈ। ਵਿਰੋਧੀ ਤਾਂ ਹੁਣ ਕਹਿਣ ਵੀ ਲੱਗ ਪਏ ਆ, ਜਗੀਰ ਕੌਰ ਦਾ ਬਿਆਨ ਆ ਗਿਆ, ਉਹ ਕਹਿੰਦੇ ਕਿ ਖਹਿਰਾ ਸਾਹਿਬ ਤਾਂ ਬਠਿੰਡੇ ਚੋਣ ਲੜਨ ਨੂੰ ਫਿਰਦੇ, ਮੇਰੇ ਨਾਲ ਚੋਣ ਲੜ ਲੈਣ, ਪਹਿਲਾਂ ਵਿਧਾਇਕੀ ਤੋਂ ਅਸਤੀਫਾ ਦੇਣ, ਫਿਰ ਮੇਰੇ ਨਾਲ ਚੋਣ ਲੜ ਲੈਣ। ਉਹ ਕਹਿੰਦੇ ਇਹਨਾਂ ਨੇ ਤਾਂ ਆਪਦੀ ਭਜਾਈ ਹਰਾ ਲਈ ਤੇ ਪਾਰਟੀ ਕਿੱਥੋਂ ਜਿਤਾ ਲੈਣਗੇ। ਜੇ ਅਕਰ ਆਪਾਂ ਗੱਲ ਤੇ ਆਈਏ ਨਾ, ਗੱਲ ਇਹ ਹੈ ਕਿ ਸੋਸ਼ਲ ਮੀਡੀਆ ਤੇ ਸਿਆਸਤ ਕਰਨੀ ਇੱਕ ਅਲੱਗ ਚੀਜ਼ ਹੈ। ਸੋਸ਼ਲ ਮੀਡੀਆ ਤੇ ਉਹਨਾਂ ਦੀ ਚੰਗੀ ਫੋਲੋਇੰਗ ਹੈ, ਮੈਂ ਇਸ ਗੱਲ ਤੋਂ ਭਾਈਦਾ ਨਹੀਂ ਗਾ, ਪਰ ਦੂਜੇ ਪਾਸੇ ਇਹ ਹੈ ਕਿ ਪੰਜਾਬ ਦੀ ਜਿਹੜੀ ਧਰਾਤਲੀ ਸਚਾਈ ਹੈ ਨਾ, ਉਹ ਬਹੁਤ ਕੁਛ ਹੋਰ ਹੈ। ਤੁਹਾਨੂੰ ਬਹੁਤ ਵੱਡਾ ਕਾਡਰ ਚਾਹੀਦਾ, ਤੁਹਾਨੂੰ ਲੋਕ ਚਾਹੀਦੇ ਆ ਜਿਹੜੇ ਐਕਸੈਪਟੇਬਲ ਹੋਣ, ਤੁਹਾਨੂੰ ਲੋਕ ਚਾਹੀਦੇ ਜਿਹੜਾ ਤੁਹਾਡਾ ਮੈਸੇਜ ਲੋਕਾਂ ਤੱਕ ਕਨਵੇ ਕਰ ਸਕਣ। ਜੀ 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 ਤੇ ਪ੍ਰਵੀਨ ਜੀ, ਕੀ ਕੁਛ ਇੱਦਾਂ ਦਾ ਵੀ ਆ ਵੀ ਇਹ ਜਿਹੜੀ, ਚਲੋ ਪਾਰਟੀ ਦਾ ਗਠਨ ਤਾਂ ਇਹਨਾਂ ਨੇ ਕਰ ਲਿਆ, ਐਲਾਨ ਕਰ ਦਿੱਤਾ, ਵੀ ਕਿੰਨੀਆਂ ਕੁ ਸੀਟਾਂ ਤੋਂ ਇਹਨਾਂ ਨੇ ਕਰਨੀ ਆ, ਚੋਣ ਲੜਨੀ ਆ? ਹਾਂਜੀ, ਕਿੰਨੇ ਤੋਂ? ਦੇਖੋ ਹਾਲੇ ਤੱਕ ਤਾਂ ਇਹ ਕਹਿੰਦੇ ਕਿ ਅਸੀਂ ਲੋਕ ਸਭਾ ਚੋਣਾਂ ਲੜਾਂਗੇ। ਖਹਿਰਾ ਸਾਹਿਬ ਨੇ ਇਸ਼ਾਰੇ ਵੀ ਕੀਤੇ ਕਿ ਸ਼ਾਇਦ ਬਠਿੰਡਾ ਤੋਂ ਚੋਣ ਲੜ ਸਕਦੇ ਆ, ਪਰ ਰੌਲ ਇਹ ਹੈ ਨਾ ਕਿ ਪੰਜਾਬ ਦੇ ਵਿੱਚ ਇਸ ਵੇਲੇ ਖੱਪਾ ਹੈ ਤੀਜੀ ਧਿਰ ਨਾਲ, ਰਵਾਇਤੀ ਪਾਰਟੀਆਂ ਤੋਂ ਲੋਕ ਅੱਕ ਚੁੱਕੇ ਆ। ਇਹ ਗੱਲ ਲੋਹੇ ਤੇ ਲਕੀਰ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕਾਂਗਰਸ ਅਕਾਲੀ ਦਲ। ਪਰ ਤੁਸੀਂ ਰਾਜੀ ਇਹ ਗੱਲ ਜ਼ਰੂਰ ਸੋਚੋ ਕਿ ਜੇਕਰ ਵੋਟ ਬੈਂਕ ਜਿਹੜਾ ਵਾ ਉਹ ਵੰਡਿਆ ਗਿਆ ਇਸ ਤਰ੍ਹਾਂ, ਮਤਲਬ ਟਕਸਾਲੀ ਅਕਾਲੀ ਵੀ ਆ ਗਏ,
ਖਹਿਰਾ ਸਾਹਿਬ ਵੀ ਆ ਗਏ, ਫਿਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਆ ਗਈ, ਕਾਂਗਰਸ ਆ ਗਈ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕੋਈ ਇਸ ਤਰ੍ਹਾਂ ਦਾ ਸਮੀਕਰਨ ਬਣਦਾ ਨਾ ਕਿਤੇ ਵੀ, ਤਾਂ ਬਹੁਤ ਸਾਰੇ ਸਮੀਕਰਨਾਂ ਦੇ ਵਿੱਚੋਂ ਇਹ ਚੀਜ਼ ਬਹੁਤ ਨਤੀਜੇ ਇਹੋ ਜਿਹੇ ਹੈ ਕਿ ਬਹੁਤੀ ਵਾਰੀ ਜਿਹੜਾ ਵੋਟਰ ਆ ਨਾ ਉਹ 605 ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਉਲਝ ਕੇ ਉਹ ਫਿਰ ਰਵਾਇਤੀ ਵੋ ਜਿਹੜੀਆਂ ਪਾਰਟੀਆਂ ਹੁੰਦੀਆਂ ਉਹਨਾਂ ਵੱਲ ਜਾਂਦਾ, ਤੇ ਜ਼ਿਆਦਾਤਰ ਉਹਦਾ ਜਿਹੜਾ ਝੁਕਾਵ ਆ ਉਹ ਸੱਤਾਧਾਰੀਆਂ ਵੱਲ ਹੁੰਦਾ ਜੀ। ਇੱਥੇ ਇਹ ਗੱਲ ਸਾਨੂੰ ਜ਼ਰੂਰ ਨੋਟ ਕਰਨੀ ਪਊਗੀ ਕਿ ਹਾਲਾਤ ਇਹ ਵੀ ਬਣ ਸਕਦੇ ਆ ਕਿ ਭਾਵੇਂ ਭਗਵੰਤ ਮਾਨ ਆ, ਭਾਵੇਂ ਸੁਖਪਾਲ ਖਹਿਰਾ, ਭਾਵੇਂ ਧਰਮਵੀਰ ਗਾਂਧੀ ਆ, ਭਾਵੇਂ ਹੋਰ ਵੱਡੇ ਵੱਡੇ ਦਿੱਗਜ਼ ਆ, ਇਹਨਾਂ ਦੇ ਵਿੱਚੋਂ ਕਈਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ। ਮੇਰੀ ਗੱਲ ਤੁਸੀਂ ਯਾਦ ਰੱਖ ਲਿਓ, ਮੈਂ ਨਹੀਂ ਕਹਿੰਦਾ ਕਿ ਫਲਾਂ ਫਲਾਂ ਬੰਦੇ ਦੀ ਹੋਊਗੀ, ਪਰ ਜਦੋਂ ਚੁਰਾਹਾ ਬਣਦਾ ਨਾ ਕਿਸੇ ਵੋਟਰ ਦੇ ਅੱਗੇ, ਚੁਰਾਹਾ ਬਣ ਗਿਆ ਤਾਂ ਓਬਵੀਅਸ ਹੈ ਕਿ ਉਹ ਬੰਦਾ ਰਵਾਇਤ ਵੱਲ ਜਾਂਦਾ। ਰਵਾਇਤ ਕੌਣ ਹੈ? ਕਾਂਗਰਸ ਤੇ ਅਕਾਲੀ ਦਲ, ਸੱਤਾਧਾਰੀ ਕੌਣ ਹੈ? ਕਾਂਗਰਸ। ਸੋ ਮੈਨੂੰ ਲੱਗਦਾ ਕਿ ਜਿੰਨੇ ਫਰੰਟ, ਜਿੰਨੇ ਆਪਸ਼ਨ ਵੋਟਰ ਕੋਲ ਜ਼ਿਆਦਾ ਬਣਦੇ, ਤਾਂ ਇਹਦਾ ਜਿਹੜਾ ਬੈਨੀਫਿਟ ਹੈ ਇਹਦਾ ਕਾਂਗਰਸ ਨੂੰ ਮਿਲਣਾ ਕਿਤੇ ਨਾ ਕਿਤੇ, ਕਿਤੇ ਨਾ ਕਿਤੇ ਜਾ ਕੇ। ਜੀ ਜੀ, ਕਾਂਗਰਸ ਨੂੰ ਵੀ ਮਿਲੂਗਾ ਤੇ ਅਕਾਲੀ ਦਲ ਨੂੰ ਵੀ ਰਿਵਾਈਵ ਹੋਣ ਦੇ ਵਿੱਚ, ਜਿਹੜਾ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਮੌਕਾ ਬਣੂਗਾ। ਬਿਲਕੁਲ 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 ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਰਾਮ ਰਹੀਮ ਨੂੰ ਜੇਲੋਂ ਕੱਢਣ ਤੋਂ ਡਰ ਰਹੀ ਹੈ ਸਰਕਾਰ, ਅਦਾਲਤ ਨੇ ਦਿੱਤੀ ਰਾਹਤ। ਦੇਖੋ, ਗੁਰਮੀਤ ਸਿੰਘ ਜਿਹੜਾ ਡੇਰਾ ਸਿਰਸਾ ਦਾ ਕਰਤਾ ਧਰਤਾ ਸੀ, ਹੁਣ ਰਾਮ ਚੰਦਰ ਛੱਤਰਪਤੀ ਦੇ ਕਤਲ ਦੇ ਵਿੱਚ CBI ਦੀ ਵਿਸ਼ੇਸ਼ ਅਦਾਲਤ ਨੇ 11 ਜਨਵਰੀ ਨੂੰ ਫੈਸਲਾ ਸੁਣਾਉਣਾ। ਰਾਮ ਚੰਦਰ ਛੱਤਰਪਤੀ ਕੌਣ ਸੀ? ਰਾਮ ਚੰਦਰ ਛੱਤਰਪਤੀ ਉਹ ਬੰਦਾ ਸੀ ਜਿਹਦੇ ਕਰਕੇ ਅੱਜ ਇਹ ਬੰਦਾ ਸਲਾਖਾਂ ਦੇ ਪਿੱਛੇ ਹੈ। ਮਤਲਬ ਉਹਨੇ ਚਿੱਠੀ ਛਾਪੀ ਸੀ, ਜਿਹੜਾ ਉਹਨਾਂ ਦਾ ਅਖਬਾਰ ਸੀਗਾ ਉਹਦੇ ਵਿੱਚ ਉਹਨਾਂ ਨੇ ਚਿੱਠੀ ਛਾਪੀ ਸੀਗੀ ਆਪਦੀ, ਤੇ ਉਹਨਾਂ ਨੂੰ 24 ਅਕਤੂਬਰ 2002 ਨੂੰ ਉਹਨਾਂ ਨੂੰ 4 ਗੋਲੀਆਂ ਮਾਰ ਕੇ ਇਹਨਾਂ ਦੇ ਬੰਦਿਆਂ ਨੇ, ਮਤਲਬ ਜਿਹੜੇ ਸਿਰਸਾ ਦੇ ਜਿਹੜੇ ਬੰਦੇ ਸੀਗੇ, ਡੇਰਾ ਸਿਰਸਾ ਦੇ ਪੈਰੋਕਾਰ ਸੀਗੇ, ਉਹਨਾਂ ਤੇ ਐਲੀਗੇਸ਼ਨ ਲੱਗਦੇ ਆ, 4 ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਸੀ, ਉਹਨਾਂ ਦਾ ਕਤਲ ਕਰ ਦਿੱਤਾ ਸੀਗਾ। ਪੂਰਾ ਸੱਚ ਉਹਨਾਂ ਦੇ ਅਖਬਾਰ ਦਾ ਨਾਮ ਸੀਗਾ, ਤੇ ਚਿੱਠੀ ਉਹਨਾਂ ਨੇ ਛਾਪੀ ਸੀ ਜਿਹੜੀ ਸਾਧੂਆਂ ਨੇ ਲਿਖੀ ਸੀਗੀ, ਉਹ ਚਿੱਠੀ ਸਭ ਤੋਂ ਪਹਿਲਾਂ ਜੇ ਕਿਸੇ ਨੇ ਛਾਪੀ ਤਾਂ ਉਹ ਰਾਮ ਚੰਦਰ ਛੱਤਰਪਤੀ ਸੀ। ਉਸ ਕਤਲ ਦੇ ਮਾਮਲੇ ਦੇ ਵਿੱਚ ਹੁਣ 11 ਜਨਵਰੀ ਨੂੰ ਅਦਾਲਤ ਨੇ ਫੈਸਲਾ ਸੁਣਾਉਣਾ। CBI ਦੀ ਵਿਸ਼ੇਸ਼ ਅਦਾਲਤ ਨੇ ਪੰਚਕੂਲੇ, ਹੁਣ ਪੰਚਕੂਲਾ ਨਾ ਤੁਸੀਂ ਤਾਂ ਭੁੱਲ ਸਕਦੇ ਹੋ, ਮੈਂ ਵੀ ਭੁੱਲ ਸਕਦਾ, ਪਰ ਪ੍ਰੇਮੀ ਨਹੀਂ ਭੁੱਲਣਗੇ ਕਦੇ ਵੀ, ਕਿਉਂਕਿ ਉੱਥੇ ਡਾਂਗ ਬਹੁਤ ਫਿਰੀ ਹੈ। ਕਿਸੇ ਮਰਜ਼ੀ ਨੂੰ ਪੁੱਛ ਲਓ ਪੰਚਕੂਲਾ ਕਿੱਥੇ, ਤੇ ਨਕਸ਼ਾ ਦੱਸ ਦੂਗਾ ਵੀ ਫਲਾਣੇ ਫਲਾਣੇ ਤਾਂ ਆਹ ਚੀਜ਼ਾਂ। ਜਾਂ ਫਿਰ ਸਾਡੇ ਵਰਗੇ ਮੀਡੀਆ ਕਰਮੀਆਂ ਨੂੰ ਨੀ ਭੁੱਲਦਾ ਜਿਹਨਾਂ ਦੇ ਵੀ ਸਾੜਦੇ ਸੀਗੇ, ਜਿਹਨਾਂ ਦੇ ਪਥਰਾਅ ਕੀਤਾ ਸੀਗਾ। ਹੋਰ ਤਾਂ ਮੇਰਾ ਖਿਆਲ ਲੋਕ ਕਿਤੇ ਨਾ ਕਿਤੇ ਭੁੱਲ ਹੀ ਜਾਣਗੇ ਪੰਚਕੂਲੇ ਨੂੰ। ਪਰ ਹਰਿਆਣਾ ਸਰਕਾਰ ਕਹਿੰਦੀ CBI ਅਦਾਲਤ ਨੂੰ ਕਿ ਭਾਈ ਤੁਸੀਂ ਏਦਾਂ ਕਰੋ, ਵੀਡੀਓ ਕਾਨਫਰੰਸਿੰਗ ਕਰ ਲਓ ਇਹ ਬੰਦੇ ਦੀ, ਜਿਹਨੂੰ ਜੇਲ੍ਹ 'ਚ ਕੱਢ ਲਿਆ ਤੇ ਹਾਲਾਤ ਬਦਲ ਨਹੀਂ ਵਿਗੜ ਜਾਣਗੇ। ਤੇ ਉੱਥੇ ਜਿਹੜਾ ਹਿੰਸਾ ਦਾ ਤਾਂਡਵ ਹੋਇਆ ਸੀ ਆਪਾਂ ਸਾਰਿਆਂ ਨੇ ਵੇਖਿਆ ਪੰਚਕੂਲੇ, ਆਪਾਂ ਉਹ ਹਰਿਆਣਾ ਸਰਕਾਰ ਤਾਂ ਕੀ ਦੁਨੀਆਂ ਦਾ ਕੋਈ ਬੰਦਾ ਵੀ ਨਹੀਂ ਭੁੱਲ ਸਕਦਾ ਜਿਹਨਾਂ ਦੇ ਉਦੋਂ ਜਿਹਨਾਂ ਦੇ ਘਰਾਂ 'ਚ ਖੜੀਆਂ ਕਾਰਾਂ ਭਰਦੀਆਂ ਸੀ ਪ੍ਰੇਮੀਆਂ ਨੇ, ਜਾਂ ਪੁਲਿਸ ਨੇ ਲਾਠੀਚਾਰਜ ਕਰਦੇ ਦੌਰਾਨ ਜੋ ਵੀ ਹੋਇਆ, ਤਾਂ ਉਦੋਂ ਉਹ ਸਰਕਾਰ ਕਹਿੰਦੀ ਵੀ ਸਾਡੇ ਹੱਥ ਖੜੇ ਆ, ਤੁਸੀਂ ਇਹਨੂੰ ਵੀਡੀਓ ਕਾਨਫਰੰਸਿੰਗ 'ਤੇ ਲੈ ਲਓ। ਹੁਣ ਸਰਕਾਰ ਅਦਾਲਤ ਕਹਿੰਦੀ ਵੀ ਚਲੋ ਠੀਕ ਹੈ, ਜੇ ਤੁਸੀਂ ਕਹਿੰਦੇ ਹੋ ਤਾਂ ਠੀਕ ਆ, ਹੁਣ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਰਾਮ ਰਹੀਮ ਦੀ ਪੇਸ਼ੀ ਹੋਊਗੀ ਤੇ ਫੈਸਲਾ ਫਿਰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਇਹਦੇ ਗੁਰਮੀਤ ਸਿੰਘ ਬਾਰੇ ਆਊਗਾ, ਗੁਰਮੀਤ ਇੰਸਟਾ ਬਾਰੇ, ਤੇ ਦੇਖਦੇ ਹਾਂ ਕੀ ਫੈਸਲਾ ਆਉਂਦਾ। ਵੈਸੇ ਵੱਖ ਵੱਖ ਬਹੁਤ ਹੋ ਗਿਆ, ਇੱਕ ਪੱਤਰਕਾਰ ਦੀ ਆਵਾਜ਼ ਦਬਾਈ ਗਈ, ਉਹਨੂੰ ਜਾਨੋਂ ਮਾਰਿਆ ਗਿਆ। ਰਾਮ ਚੰਦਰ ਛੱਤਰਪਤੀ ਉਹਨਾਂ ਬੁਲੰਦ ਆਵਾਜ਼ਾਂ ਦੇ ਵਿੱਚੋਂ ਇੱਕ ਹੈ ਜਿਹਨਾਂ ਦਾ ਨਾਮ ਸਾਰੀ ਦੁਨੀਆਂ 'ਤੇ ਰਹੂਗਾ, ਔਰ ਪੱਤਰਕਾਰਤਾ ਦੇ ਵਿੱਚ ਜਦੋਂ ਵੀ ਕਿਤੇ ਆਦਮ ਨਾਮ ਨਾ ਲਿਆ ਜਾਊਗਾ ਤੇ ਰਾਮ ਚੰਦਰ ਛੱਤਰਪਤੀ ਵਰਗੇ ਲੋਕਾਂ ਦਾ ਨਾਮ ਪਹਿਲ 'ਤੇ ਲਿਆ ਜਾਊਗਾ। ਜੀ ਜੀ, ਅਗਲੀ ਪ੍ਰਵੀਨ ਜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਪੰਚਾਇਤੀ ਚੋਣਾਂ ਮਗਰੋਂ ਕਾਂਗਰਸ ਦੇ ਵੱਡੇ ਲੀਡਰਾਂ ਦੇ ਵਿੱਚ ਖੜਕੀ ਆ।
ਕਾਂਗਰਸ ਨੇ ਬੜੇ ਰਿਕਾਰਡ ਬਣਾਇਆ ਜੀ ਇਸ ਦੀ ਪੰਚਾਇਤੀ ਚੋਣਾਂ ਦੇ ਵਿੱਚ। 27,000 ਨੋਮੀਨੇਸ਼ਨ ਰੱਦ ਹੋ ਗਈ, ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। 27,000 ਨੋਮੀਨੇਸ਼ਨ ਰੱਦ ਹੋਣੀ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਹੈ। ਅਕਾਲੀ ਕਹਿੰਦੇ ਕਿ ਧੱਕੇਸ਼ਾਹੀ ਕੀਤੀ, ਧੱਕੇਸ਼ਾਹੀ ਅਕਾਲੀਆਂ ਨੇ ਬੜੀ ਕੀਤੀ ਸੀ, ਪਰ ਕਾਂਗਰਸ ਨੇ ਰਿਕਾਰਡ ਤੋੜ ਦਿੱਤੇ ਧੱਕੇਸ਼ਾਹੀ ਕਰਨ ਦੇ। ਕਾਂਗਰਸੀਆਂ ਨੇ ਅਕਾਲੀਆਂ ਨੇ ਕਾਂਗਰਸੀਆਂ ਨੂੰ ਘੱਟ ਹਰਾਇਆ, ਕਾਂਗਰਸੀਆਂ ਨੇ ਅਕਾਲੀਆਂ ਨੂੰ ਘੱਟ ਹਰਾਇਆ, ਕਾਂਗਰਸੀਆਂ ਨੇ ਕਾਂਗਰਸੀਆਂ ਨੂੰ ਬਹੁਤ ਹਰਾਇਆ। ਇਹ ਪਹਿਲਾਂ ਤਾਂ ਅਸੀਂ ਜਦੋਂ ਗੱਲਾਂ ਕਰਦੇ ਸੀ ਕਾਂਗਰਸੀ ਲੀਡਰ ਜਾਂ ਸਪੋਰਟਰ ਕਹਿੰਦੇ ਸੀ ਕਿ ਨਹੀਂ ਇਹ ਤਾਂ ਬੰਦੇ ਮੀਡੀਆ ਦਾ ਤਾਂ ਕੰਮ ਹੀ ਇਹ ਆ, ਕੁਛ ਕੁ ਚੋਣ ਹੋਏ ਪੱਤਰਕਾਰ ਆ ਜਿਹਨਾਂ ਨੇ ਹਮੇਸ਼ਾ ਨੈਗੇਟਿਵ ਚੀਜ਼ਾਂ ਦਿਖਾਉਣੀਆਂ ਆਉਂਦੀਆਂ, ਪਰ ਹੁਣ ਇਹ ਗੱਲਾਂ ਸਾਹਮਣੇ ਆਉਣ ਲੱਗ ਪਈਆਂ ਹੌਲੀ ਹੌਲੀ। ਮਸਲਾ ਵਾ ਜੋਗਿੰਦਰ ਸਿੰਘ ਪੰਜਗਰਾਈ ਤੇ ਮੁਹੰਮਦ ਸਦੀਕ। ਹੁਣ ਜੋਗਿੰਦਰ ਸਿੰਘ ਪੰਜਗਰਾਈ ਕੌਣ ਆ ਬੰਦਾ? ਜੋਗਿੰਦਰ ਸਿੰਘ ਪੰਜਗਰਾਈ ਉਹ ਬੰਦਾ ਜਿਹੜਾ ਕਦੇ ਵਿੱਚ ਤੋਂ ਜਿੱਤਿਆ ਸੀਗਾ, ਲੜਿਆ ਸੀ ਫਰੀਦਕੋਟ ਤੋਂ ਵੀ, ਤੇ ਇਹਨੇ ਬੰਦੇ ਨੇ ਕੰਟੈਸਟ ਕੀਤਾ ਸੀਗਾ ਲੋਕ ਸਭਾ ਵੇਲੇ ਜੀ। ਮੁਹੰਮਦ ਸਦੀਕ ਕੌਣ ਆ? ਮੁਹੰਮਦ ਸਦੀਕ ਉਹ ਬੰਦਾ ਜਿਹੜਾ ਭਦੌੜੋਂ ਲਿਆ ਕੇ ਜੈਤੋ ਦੇ ਵਿੱਚ ਲਿਆਂਦਾ ਸੀਗਾ ਕਾਂਗਰਸ ਪਾਰਟੀ ਨੇ, ਮੁਹੰਮਦ ਸਦੀਕ ਹਾਰ ਗਏ। ਇਸ ਵੇਲੇ ਟੈਲ ਦੋਨਾਂ ਦਾ ਲੱਗਿਆ ਪਿਆ ਕਿ ਕਿਵੇਂ ਨਾ ਕਿਵੇਂ ਜੈਤੋ ਦੇ ਵਿੱਚ ਆਪਣੀ ਸਰਦਾਰੀ ਹੈ ਕਾਇਮ ਕੀਤੀ ਜਾਵੇ। ਮੁਹੰਮਦ ਸਦੀਕ ਨੂੰ ਇਹ ਲੱਗਦਾ ਕਿ ਸ਼ਾਇਦ ਕਾਂਗਰਸ ਪਾਰਟੀ ਮੈਨੂੰ ਦੁਬਾਰਾ ਇੱਥੋਂ ਟਿਕਟ ਦੇਊ, ਕਿਉਂ ਨਾ ਫਿਰ ਮੈਂ ਆਪਦਾ ਕਾਦਰ ਕਾਇਮ ਕਰਾਂ। ਜੋਗਿੰਦਰ ਸਿੰਘ ਪੰਜਗਰਾਈ ਨੂੰ ਐਂ ਲੱਗਦਾ ਕਿ ਯਾਰ ਆਪਾਂ ਜੈਤੋ ਰਹਿੰਦੇ ਸੀ ਚੰਗੇ ਰਹੇ, ਜਦੋਂ ਜੈਤੋ ਤੋਂ ਨਿਕਲੇ ਤੇ ਆਪਾਂ ਸਿਆਸਤ ਚ ਨਿਕਲ ਗਏ, ਵਿਧਾਨ ਸਭਾ ਚੋਂ ਵੀ ਨਿਕਲ ਗਏ ਤੇ ਲੋਕ ਸਭਾ ਚ ਤਾਂ ਵੜਨਾ ਹੀ ਸੀਗਾ। ਹੁਣ ਇਹਨਾਂ ਦਾ ਟੈਲ ਲੱਗਿਆ ਪਿਆ ਜਦੋਂ ਉੱਥੇ ਮੇ ਸਮਾਗਮ ਕਰਵਾ ਰਿਹਾ ਨਾ ਪਿੰਡਾਂ ਚ ਕਿ ਭਾਈ ਮੇਰੇ ਸਰਪੰਚ ਜਿੱਤਿਆ, ਮੇਰੇ ਪੰਚ ਜਿੱਤਿਆ, ਉਹਨਾਂ ਦੇ ਹਾਰ ਪਾ ਰਹੇ ਹੈ। ਇਸੇ ਦੌਰਾਨ ਦੋਨਾਂ ਦੇ ਵਿੱਚ ਤਲਖ ਕਲਾਮੀਆਂ ਵੀ ਹੋ ਰਹੀਆਂ, ਕਈ ਪਿੰਡੀ ਹੋਈਆਂ, ਇੱਕ ਦੋ ਸਮਾਗਮਾਂ ਦੇ ਵਿੱਚ ਵੀ ਹੋਈਆਂ ਕਿ ਇੱਕ ਦੂਜੇ ਤੋਂ ਸਿੱਧੇ ਇਲਜ਼ਾਮ ਲਾਏ ਗਏ ਹੈ। ਸੋ ਦੂਜੀ ਗੱਲ ਇਹ ਹੈ ਕਿ ਜਿਹੜਾ ਜੋਗਿੰਦਰ ਸਿੰਘ ਪੰਜਗਰਾਈ ਹੈ ਉਹ ਤਾਂ ਕਹਿੰਦਾ ਕਿ ਜਿਹੜਾ ਮੁਹੰਮਦ ਸਦੀਕ ਦਾ ਜਵਾਈ ਹੈ ਇਹ ਬੰਦਾ ਦਲਾਲੀਆਂ ਖਾਂਦਾ ਵਾ, ਲੋਕਾਂ ਦੇ ਕੰਮ ਕਰਾਉਣ ਦੇ ਬਦਲੇ ਦਲਾਲੀਆਂ ਖਾਂਦਾ, ਤੇ ਜੋਗਿੰਦਰ ਸਿੰਘ ਪੰਜਗਰਾਈ ਨੂੰ ਮੁਹੰਮਦ ਸਦੀਕ ਕਹਿੰਦਾ ਵੀ ਇਹ ਤਾਂ ਬੰਦਾ ਹੀ ਡਰਾਮੇਬਾਜ਼ ਹੈ। ਸੋ ਇੱਕ ਤੌਰ ਤੇ ਪੰਚਾਇਤੀ ਚੋਣਾਂ ਜਿਹੜੀਆਂ ਹੋਈਆਂ ਉਹਨਾਂ ਨੇ ਇਕੱਲਾ ਲੋਕਾਂ ਦੇ ਸਿਰ ਨਹੀਂ ਕਰਵਾਏ, ਉਹਨਾਂ ਨੇ ਸਿਆਸਤਦਾਨਾਂ ਨੂੰ ਵੀ ਅਮ ਸਾਹਮਣੇ ਕਰ ਦਿੱਤਾ, ਔਰ ਇਕੱਲੇ ਇੱਕ ਜ਼ਿਲ੍ਹੇ 'ਚ ਨਹੀਂ, ਇੱਕ ਕੌਂਸਟੀਚੁਐਂਸੀ ਦੇ ਵਿੱਚ ਨਹੀਂ, ਬਹੁਤ ਸਾਰੇ ਇਹੋ ਜਿਹੇ ਹਲਕੇ ਨੇ ਜਿੱਥੇ ਕਾਂਗਰਸੀ ਕਾਂਗਰਸੀਆਂ ਦੇ ਆਮੋ ਸਾਹਮਣੇ ਆਏ ਨੇ। ਸੋ ਇੱਥੋਂ ਲੱਗਦਾ ਵਾ ਬੇਸ਼ੱਕ ਭਲ ਖੱਟਣ ਦੇ ਵਿੱਚ ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ ਕਿ ਸਾਡੀਆਂ ਨੀਤੀਆਂ 'ਤੇ ਮੋਹਰ ਹੈ, ਲੋਕ ਸਾਨੂੰ ਚਾਹੁੰਦੇ ਹੈ, ਉਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਰਕਾਰੀ ਪ੍ਰੈਸ ਨੋਟ ਕੀ ਕਹਿੰਦੇ ਹੈ। ਪਰ ਅਸਲ ਦੇ ਵਿੱਚ ਹਕੀਕਤ ਇਹ ਹੈ ਕਿ ਇਹਨਾਂ ਚੋਣਾਂ ਨੇ ਕਾਂਗਰਸ ਦੇ ਲੋਕਲ ਕਾਡਰ ਅਤੇ ਕਾਂਗਰਸ ਦੀ ਜਿਹੜੀ ਪਾਰਟੀ ਦੀ ਜਿਹੜੇ ਇਹਨਾਂ ਦੇ ਨੇਤਾਗਣ ਨੇ, ਲੀਡਰ ਨੇ ਜਿਹੜੇ, ਉਹਨਾਂ ਦੇ ਵਿੱਚ ਫੁੱਟ ਦੀ ਇੱਕ ਚਿਣਗ ਜਿਹੜੀ ਹੈ ਜਾਂ ਫੁੱਟ ਦੀ ਇੱਕ ਜਿਹੜੀ ਲਕੀਰ ਆ ਉਹ ਡੂੰਘੀ ਵੀ ਮਾੜੀ ਹੋਰ ਕੀਤੀ ਹੈ। ਜੀ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਵੀਨ ਜੀ ਵੀ ਕਹਿੰਦੇ ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਜਗਜੀਤ ਚਹਿਲ ਦੀ ਜ਼ਮਾਨਤ। ਜਗਜੀਤ ਚਹਿਲ ਨੂੰ ਨਾ ਹਾਈਕੋਰਟ ਤੋਂ ਰਾਹਤ ਨਹੀਂ ਮਿਲੀ ਸੀਗੀ ਤੇ ਇਹ ਬੰਦੇ ਨੇ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀਗੀ। ਹੁਣ ਇਹਨੂੰ ਸੁਪਰੀਮ ਕੋਰਟ ਨੇ ਚਹਿਲ ਨੂੰ ਜ਼ਮਾਨਤ ਦੇ ਦਿੱਤੀ ਹੈ। 2017 ਦੀ ਗੱਲ ਹੈ ਜਦੋਂ ਈਡੀ ਨੇ ਜਗਜੀਤ ਚਹਿਲ ਨੂੰ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਸੀ ਤੇ ਇਸ ਤੋਂ ਬਾਅਦ ਇਹ ਬੰਦਾ ਲਗਾਤਾਰ ਜ਼ਮਾਨਤ ਦੇ ਲਈ ਜੱਦੋਜਹਿਦ ਕਰ ਰਿਹਾ ਸੀ। ਪਹਿਲਾਂ ਹੇਠਲੀ ਅਦਾਲਤ ਗਿਆ, ਉੱਥੋਂ ਨਾ ਹੋ ਗਈ, ਫਿਰ ਹਾਈਕੋਰਟ ਦੇ ਵਿੱਚ ਗਿਆ, ਫਿਰ ਇਹਨੇ ਸੁਪਰੀਮ ਕੋਰਟ ਦੇ ਵਿੱਚ ਪਹੁੰਚ ਕੀਤੀ ਤੇ ਉੱਥੋਂ ਰਾਹਤ ਮਿਲੀ ਹੈ। ਤੇ ਈਡੀ ਇਹ ਗੱਲ ਕਹਿੰਦੀ ਹੈ ਕਿ ਜਗਜੀਤ ਚਹਿਲ ਦੇ ਤਹਿਤ ਅਸੀਂ ਚਹਿਲ ਦੇ ਖਿਲਾਫ਼ ਕੇਸ ਦਰਜ ਕੀਤਾ ਤੇ 53 ਕਰੋੜ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ ਤੇ ਜਗਜੀਤ ਭੋਲਾ ਨਾਲ ਕਰੋੜਾਂ ਦੀ ਡਰੱਗ ਤਸਕਰੀ ਦੇ ਵਿੱਚ ਇਹ ਬੰਦਾ ਸਹਿ ਦੋਸ਼ੀ ਹੈ। ਤੇ ਇਸ ਈਡੀ ਨੇ ਪੰਜਾਬ ਦੇ ਸਾਬਕਾ ਮੰਤਰੀ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਦੇ ਸਮੇਤ 13 ਲੋਕਾਂ ਦੇ 60 ਕਰੋੜ ਰੁਪਏ ਦੀ ਜਾਇਦਾਦਾਂ ਨੂੰ ਜ਼ਬਤ ਕਰਕੇ ਜਾਂਚ ਸ਼ੁਰੂ ਕੀਤੀ ਸੀ। ਇਹਦੇ ਵਿੱਚ ਨਾਂ ਆਏ ਸੀਗੇ ਜਗਜੀਤ ਚਹਿਲ ਦਾ, ਪਰਮਜੀਤ ਸਿੰਘ ਚਹਿਲ ਦਾ ਤੇ ਇੰਦਰਜੀਤ ਕੌਰ ਦਾ। ਇਹਨਾਂ ਦੀ 55 ਕਰੋੜ ਦੇ ਕਰੀਬ ਜਾਇਦਾਦ ਜਿਹੜੀ ਆ ਜ਼ਬਤ ਕੀਤੀ ਗਈ ਹੈ। ਤੇ ਜਗਜੀਤ ਚਹਿਲ ਉਹ ਬੰਦਾ ਵਾ ਜਿਹੜਾ ਜੇਲ੍ਹ ਦੇ ਵਿੱਚੋਂ
ਵਿਕਰਮ ਮਜੀਠੀਆ ਦੇ ਖਿਲਾਫ ਸਿੱਧੀ ਬਿਆਨਬਾਜ਼ੀ ਕਰਦਾ ਰਿਹਾ, ਮਤਲਬ ਸਿੱਧੀਆਂ ਸਟੇਟਮੈਂਟਾਂ ਜਾਰੀ ਕਰਦਾ ਰਿਹਾ, ਇਹਦੀਆਂ ਤਾਰਾਂ ਜੁੜਦੀਆਂ। ਪਰ ਮਸਲਾ ਇਹ ਨਹੀਂ ਗਾ ਕਿ ਕਹਿਲ ਨੂੰ ਜ਼ਮਾਨਤ ਮਿਲੀ ਜਾਂ ਨਹੀਂ ਮਿਲੀ, ਮਸਲਾ ਇਹ ਹੈ ਕਿ ਦੋ ਤਿੰਨ ਬੰਦਿਆਂ ਨੇ ਮਜੀਠੀਆ ਦਾ ਸਿੱਧਾ ਨਾਂ ਲਿਆ, ਈਡੀ ਉਸ ਮਾਮਲੇ ਦੇ ਵਿੱਚ ਕੁਛ ਕਿਉਂ ਨਹੀਂ ਕਰਦੀ। ਮਤਲਬ ਜਿਹੜੇ ਜਿਹੜੇ ਏਜੰਸੀਆਂ ਨੇ ਜਿਹੜੇ ਮੁਲਜ਼ਮ ਮੰਨੇ ਹੋਏ ਆ ਬੰਦੇ ਜਿਹਨਾਂ ਤੇ ਜਾਂਚ ਚੱਲ ਰਹੀ ਹੈ, ਉਹ ਬੰਦੇ ਸਿੱਧੇ ਇੱਕ ਬੰਦੇ ਦਾ ਨਾਂ ਲੈ ਰਹੇ ਆ ਤੇ ਉਹਦਾ ਹਾਲੇ ਤੱਕ ਕੀਤਾ ਹੀ ਕੱਖ ਨਹੀਂ ਗਿਆ, ਕਿਉਂ ਨਹੀਂ ਕੀਤਾ ਗਿਆ, ਕਿਉਂ ਨਹੀਂ ਹੋ ਸਕਿਆ, ਇਹ ਇੱਕ ਵੱਡਾ ਸਵਾਲ ਹੈ ਜੀ। ਜੀ ਜੀ, ਅਤੇ ਜਾਂਦੇ ਜਾਂਦੇ ਪ੍ਰਵੀਨ ਜੀ, ਜੇ ਨਜ਼ਰ ਮਾਰੀਏ, ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੀਆਂ ਤਸਵੀਰਾਂ ਲੈਣ 'ਤੇ ਬੈਨ। ਦੇਖੋ ਜੀ, ਦਰਬਾਰ ਸਾਹਿਬ ਪੂਰੀ ਦੁਨੀਆਂ ਦੇ ਵਿੱਚ ਮਸਾਬ ਇੱਕ ਇਹੋ ਜਿਹੀ ਸਥਾਨ ਹੈ, ਕਿਹੋ ਜਿਹਾ ਸਥਾਨ ਹੈ ਜਿਹਦੀ ਬਹੁਤ ਜ਼ਿਆਦਾ ਅਕਾਦਤ ਹੈ, ਸਾਰੇ ਫਿਰਕੇ ਦੇ ਲੋਕ ਉੱਥੇ ਜਾ ਸਕਦੇ ਨੇ, ਉੱਥੇ ਨਤਮਸਤਕ ਹੋ ਸਕਦੇ ਨੇ, ਕੋਈ ਵੀ ਜਾ ਸਕਦਾ, ਹਰੇਕ ਦੇ ਲਈ ਗੁਰੂ ਘਰ ਦੇ ਦਰਵਾਜ਼ੇ ਖੁੱਲ੍ਹੇ ਹੋਏ ਨੇ। ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਕਿ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਹੀਂ ਹੋ ਸਕਦੀ। ਉਹ ਕਹਿੰਦੇ ਕਿ ਮੀਡੀਆ ਨੇ ਜ਼ਿਆਦਾ ਕੰਮ ਕਰਨਾ, ਜਾਂ ਕਿਸੇ ਨੇ ਮੀਡੀਆ ਦੇ ਲਈ ਦੋ ਟਿਕਾਣੇ ਬਣਾਏ ਗਏ ਆ, ਜੇ ਕਿਸੇ ਨੇ ਡਾਕੂਮੈਂਟਰੀ ਬਣਾਉਣੀ ਹੈ ਜਾਂ ਹੋਰ ਕੁਛ ਕਰਨਾ ਤੇ ਉਹਦੇ ਲਈ ਵਿਸ਼ੇਸ਼ ਤੌਰ ਤੇ ਇਜਾਜ਼ਤ ਲੈਣੀ ਪਊਗੀ। ਫੈਸਲਾ ਆ ਗਿਆ, ਉਸ ਤੋਂ ਬਾਅਦ ਲੋਕਾਂ ਦੀ ਰਾਏ, ਲੋਕਾਂ ਦਾ ਪ੍ਰਤੀਕਰਮ ਵੀ ਆਉਣਾ ਸ਼ੁਰੂ ਹੋ ਗਿਆ। ਜਿਹੜੀ ਇੱਕ ਧਿਰ ਰਾਜ ਦੀ ਉਹ ਇਹ ਗੱਲ ਕਹਿੰਦੀ ਹੈ ਕਿ ਇਹ ਜਿਹੜਾ ਸਥਾਨ ਹੈ ਮਤਲਬ ਧਾਰਮਿਕ ਸਥਾਨ ਹੈ, ਇੱਥੇ ਰੂਹਾਨੀਅਤ ਦਾ ਕੇਂਦਰ ਆ, ਮਰਿਆਦਾ ਦਾ ਸਥਾਨ ਹੈ, ਇਸ ਕਰਕੇ ਇਹ ਕੋਈ ਪਿਕਨਿਕ ਸਪੋਟ ਨਹੀਂ ਹੈ, ਇਸ ਕਰਕੇ ਲੋਕਾਂ ਨੂੰ ਇੱਥੇ ਫੋਟੋਗ੍ਰਾਫੀ ਜਾਂ ਵੀਡੀਓਗ੍ਰਾਫੀ ਨਾ ਕਰਕੇ ਉਸ ਤੋਂ ਬਚ ਕੇ ਗੁਰੂ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣਾ ਚਾਹੀਦਾ, ਗੁਰੂ ਨੂੰ ਆਪਣਾ ਸਿਰਜਾ ਕਰਨਾ ਚਾਹੀਦਾ, ਮਤਲਬ ਕਿ ਉਹਦਾ ਇੱਕ ਜਿਹੜਾ ਸਟੇਟ ਆਫ ਮਾਇੰਡ ਆ ਉਹ ਸਹੀ ਹੋਣਾ ਚਾਹੀਦਾ, ਤਸਵੀਰਾਂ ਦੇ ਵਿੱਚ ਬੰਦਾ ਬਿਜ਼ੀ ਨਾ ਹੋਵੇ। ਦੂਜੇ ਪਾਸੇ ਜਿਹੜਾ ਬੰਦੇ ਆ ਜਿਹੜੇ ਮਤਲਬ ਦੂਜੀ ਧਿਰ ਹੈ, ਉਹ ਗੱਲ ਇਹ ਕਹਿੰਦੀ ਹੈ ਕਿ ਦੇਖੋ ਰੂਹਾਨੀਅਤ ਸਥਾਨ ਹੈ, ਕੋਈ ਸ਼ੱਕ ਨਹੀਂ ਇਹਦੇ ਵਿੱਚ, ਕੋਈ ਦੋ ਰਾਏ ਨਹੀਂ, ਧਾਰਮਿਕ ਅਕੀਦਤ ਦੇ ਨਾਲ ਜੁੜਿਆ ਹੋਇਆ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਪਰ ਬਹੁਤੇ ਲੋਕ ਇਹੋ ਜਿਹੇ ਆ ਜਿਹੜੇ ਜ਼ਿੰਦਗੀ ਦੇ ਵਿੱਚ ਜਿਹਨਾਂ ਨੂੰ ਮੌਕਾ ਹੀ ਇੱਕ ਦੋ ਵਾਰੀ ਮਿਲਦਾ, ਤੇ ਉਹ ਇਹ ਚਾਹੁੰਦਾ ਕਿ ਯਾਰ ਇਸ ਚੀਜ਼ ਨੂੰ ਸਾਡੀ ਜ਼ਿੰਦਗੀ ਦੇ ਬਿਹਤਰੀਨ ਪਾਲਾ, ਯਾਦਗਾਰੀ ਪਾਲਾ, ਤੇ ਅਸੀਂ ਇਹਨਾਂ ਨੂੰ ਕੈਦ ਕਰ ਲਈਏ ਆਪਦੇ ਕੈਮਰੇ ਦੇ ਵਿੱਚ, ਤੇ ਤਾਂ ਕਰਕੇ ਲੋਕ ਤਸਵੀਰਾਂ ਖਿੱਚਦੇ ਆ। ਹੁਣ ਦੇਖੋ, ਸ਼੍ਰੋਮਣੀ ਕਮੇਟੀ ਨੇ ਤਾਂ ਬੜਾ ਫੈਸਲਾ ਲੈ ਲਿਆ, ਸੰਗਤ ਦੇ ਵੀ ਜਿਹੜੇ ਆਪਣੇ ਪ੍ਰਤੀਕਰਮ ਆ ਉਹ ਦੋ ਚੀਜ਼ਾਂ ਦੇ ਵਿੱਚ ਵੰਡੇ ਨਜ਼ਰ ਆਉਂਦੇ ਆ, ਦੇਖਦੇ ਆ ਕਿ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਕੀ ਫੈਸਲਾ ਲੈਂਦੀ ਆ। ਪਰ ਮੇਰੇ ਨੁਕਤੇ ਨਿਗਾਹ ਦੇ ਨਾਲ ਮੈਂ ਇਹ ਸਮਝਦਾ ਗੱਲ ਕਿ ਦੋਨੇ ਗੱਲਾਂ ਨੂੰ ਤੁਸੀਂ ਦਰਕਿਨਾਰ ਨਹੀਂ ਕਰ ਸਕਦੇ। ਪਹਿਲੀ ਗੱਲ ਇਹ ਹੈ ਕਿ ਰੂਹਾਨੀਅਤ ਦਾ ਕੇਂਦਰ ਹੈ ਔਰ ਮਰਿਆਦਾ ਦਾ ਮਰਿਆਦਾ ਰੱਖਣੀ ਬਹੁਤ ਜ਼ਰੂਰੀ ਹੈ ਔਰ ਕੋਈ ਪਿਕਨਿਕ ਸਪੋਟ ਨਹੀਂ ਹੈ, ਇਹ ਗੱਲ ਜ਼ਰੂਰੀ ਹੈ। ਦੂਜੀ ਗੱਲ ਇਹ ਕਿ ਕੋਈ ਬੰਦਾ ਇਹ ਬੰਦੇ ਕਹਿ ਰਹੇ ਕਿ ਜੀ ਤੁਸੀਂ ਦੇਖੋ ਰੂਹਾਨੀਅਤ ਦਾ ਕੇਂਦਰ ਹੈ ਜਾਂ ਜੋ ਵੀ ਆ, ਅਸੀਂ ਮਰਿਆਦਾ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੁੰਦੇ, ਪਰ ਸਾਨੂੰ ਮੌਕਾ ਜੇ ਸ਼ਾਇਦ ਜ਼ਿੰਦਗੀ 'ਚ ਇੱਕ ਅੱਧੀ ਵਾਰ ਮਿਲਦਾ ਤਾਂ ਅਸੀਂ ਇਹਨਾਂ ਪਲਾਂ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕਰਨਾ ਚਾਹੁੰਦੇ ਹਾਂ। ਸੋ ਮੇਰੇ ਖਿਆਲ ਦੇ ਨਾਲ ਬਦਲ ਦਿੱਤਾ ਜਾ ਸਕਦਾ ਇਸ ਚੀਜ਼ ਦਾ, ਜੇ ਕੋਈ ਬੰਦੇ ਦੀ ਇੱਛਾ ਹੈ ਕਿ ਮੈਂ ਵਾਕਈ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਆਪਣੀ ਫੋਟੋ ਖਿਚਵਾਉਣੀ ਹੈ, ਤਾਂ ਸ਼ਾਇਦ ਕੋਈ ਇਹੋ ਜਿਹੀ ਥਾਂ ਮੁਹੱਈਆ ਕਰਵਾਈ ਜਾ ਸਕਦੀ ਜਿੱਥੇ ਕਿ ਕੋਈ ਇਹੋ ਜਿਹੀ ਤਸਵੀਰ ਲੈ ਸਕਦੇ ਹੋ ਤੁਸੀਂ ਜਾਂ ਵੀਡੀਓਗ੍ਰਾਫੀ ਕਰ ਸਕਦੇ ਹੋ, ਤਾਂ ਮੇਰੇ ਖਿਆਲ ਨਾਲ ਉਸ ਬਦਲ 'ਤੇ ਵੀ ਸੋਚ ਵਿਚਾਰ ਹੋ ਸਕਦੀ ਹੈ ਜੀ। ਜੀ, ਅਤੇ ਪ੍ਰਵੀਨ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ, ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਵੀ ਸਮਾਪਤ ਹੈ, ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ, ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।